ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸਰਬੰਸ ਸਾਨੀ ਦਸ਼ਮੇਸ਼ ਪਿਤਾ ਜੀ ਦੇ ਮੁਬਾਰਕ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਗੁਰਦੁਆਰਾ ਬਿਬੋਹਰ ਸਾਹਿਬ ਵਿਖੇ ਆਏ ਹੋਏ ਵਿਦਿਆਰਥੀ ਵੀਰੋ ਅਤੇ ਭੈਣੋ, ਕੈਂਪ ਦੇ ਸਮੂਹ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ, ਅਸੀਂ ਅਤੇ ਤੁਸੀਂ ਮੈਂ ਸਮਝਦਾ ਹਾਂ ਸਾਰੇ ਹੀ ਖੁਸ਼ਕਿਸਮਤ ਹਾਂ ਜਿਨ੍ਹਾਂ ਨੂੰ ਸਰਬੰਸ ਦਾਨੀ ਦਸ਼ਮੇਸ਼ ਪਿਤਾ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਪਾਵਨ ਅਸਥਾਨ 'ਤੇ ਇਕੱਤਰ ਹੋ ਕੇ ਗੁਰਮਤਿ ਟ੍ਰੇਨਿੰਗ ਕੈਂਪ ਦੇ ਰਾਹੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਭਾਗਾ ਸਮਾਂ ਬਖਸ਼ ਕੀਤਾ ਹੈ ਤਾਂ ਕਿ ਅਸੀਂ ਆਪਣੇ ਮਹਾਨ ਵਿਰਸੇ ਦੇ ਨਾਲ ਜੁੜ ਕੇ, ਮਹਾਨ ਸਿਧਾਂਤਾਂ ਦੇ ਨਾਲ ਜੁੜ ਕੇ ਜੋ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਮਾਨਵ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ ਸਕੀ। ਸੋ ਪਿਆਰੇ ਬੱਚਿਓ, ਵੀਰੋ ਅਤੇ ਭੈਣੋ, ਮੈਨੂੰ ਜੋ ਹੁਕਮ ਹੋਇਆ ਸੀ ਕਿ ਆਪ ਜੀ ਨਾਲ ਮੈਂ ਵਿਚਾਰ ਸਾਂਝੇ ਕਰਨੇ ਦੀ ਇਸ ਵਿਸ਼ੇ 'ਤੇ, ਇਸ ਦਸਤਾਰ ਅਤੇ ਸਿੱਖੀ ਕਿਰਦਾਰ, ਕਿਉਂਕਿ ਅੱਜ ਇੱਕ ਚੰਗੀ ਲਹਿਰ ਕੌਮ ਦੇ ਵਿੱਚ ਪੈਦਾ ਹੋ ਗਈ ਹੈ ਕਿ ਹਰ ਬੱਚਾ ਹਰ ਨੌਜਵਾਨ ਬਹੁਤ ਸੋਹਣੇ ਢੰਗ ਦੇ ਨਾਲ ਦਸਤਾਰਾਂ ਸਜਾਉਣ ਲੱਗ ਪਿਆ ਹੈ। ਦਸਤਾਰ ਸਿੱਖੀ ਦੀ ਪਹਿਚਾਣ ਹੈ, ਸਿੱਖ ਦੇ ਸਿਰ ਦਾ ਤਾਜ ਹੈ ਅਤੇ ਸਿੱਖ ਦੀ ਇੱਕ ਵੱਖਰੀ ਪਹਿਚਾਣ ਸੰਸਾਰ ਪੱਧਰ ਦੇ ਦਸਤਾਰ ਦੇ ਨਾਲ ਹੀ ਹੁੰਦੀ ਹੈ। ਜਿੱਥੇ ਸਿੱਖ ਦੇ ਲਈ ਦਸਤਾਰ ਜ਼ਰੂਰੀ ਹੈ ਉੱਥੇ ਕੇਸ ਉਸ ਤੋਂ ਵੀ ਪਹਿਲਾਂ ਨੇ, ਕਿਉਂਕਿ ਕੇਸ ਸਿੱਖ ਦੀ ਮੋਹਰ ਹੈ, ਗੁਰੂ ਦੀ ਮੋਹਰ ਹੈ, ਸਿੱਖ ਦੇ ਪਹਿਚਾਣ ਹੀ ਕੇਸਾਂ ਤੋਂ ਹੁੰਦੀ ਹੈ। ਜੇ ਕੇਸ ਨਹੀਂ ਤਾਂ ਫਿਰ ਬਾਕੀ ਸਭ ਕੁਛ ਭਾਵੇਂ ਸਾਡੇ ਕੋਲ ਹੋਵੇ, ਅਸੀਂ ਸਿੱਖ ਕਹਾਉਣ ਦੇ ਹੱਕਦਾਰ ਨਹੀਂ। ਸੋ ਆਓ, ਜਿਸ ਤਰ੍ਹਾਂ ਦੀ ਸਮਰੱਥ ਸੱਚੇ ਪਾਤਸ਼ਾਹ ਬਖਸ਼ਣਗੇ, ਜਿਸ ਤਰ੍ਹਾਂ ਦਾ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਆਪ ਬੁਲਾਉਣਗੇ, ਕੋਸ਼ਿਸ਼ ਕਰਾਂਗੇ ਕਿਰਤ ਸਮੇਂ ਦੇ ਵਿੱਚ, ਕਿਉਂਕਿ ਜਿਵੇਂ ਕੁਛ ਹੋਰ ਵੀ ਹਨ ਦਾਸ ਨੇ ਉੱਧਰ ਵੀ ਜਾਣਾ ਹੈ, ਟਾਈਮ ਭਾਵੇਂ 9:30 ਤੋਂ ਸੀ ਪਰ ਕੁਛ ਲੇਟ ਹੋ ਗਏ ਹਨ। ਪਹਿਲੇ ਜਿੰਨਾ ਟਾਈਮ ਸਤਿਗੁਰੂ ਨੇ ਬਖਸ਼ੀ ਕੀਤੀ ਆਪ ਜੀ ਨਾਲ ਵਿਚਾਰ ਸਾਂਝੇ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਇਹ ਪੁੱਛ ਲੈਣਾ ਚਾਹੁੰਦਾ ਕਿ ਆਵਾਜ਼ ਤੁਹਾਨੂੰ ਤਾਂ ਠੀਕ ਪਹੁੰਚ ਰਹੀ ਹੈ, ਸਮਝ ਲੱਗ ਰਹੀ ਹੈ ਪੂਰੀ ਤਰ੍ਹਾਂ? ਠੀਕ ਹੈ, ਕਿਉਂਕਿ ਸਾਡੇ ਜਵਾਨ ਹਾਲ ਜਿਹੜੇ ਨਾ ਤੌਰ 'ਤੇ ਘਰ ਰਹਿ ਜਾਂਦੀ ਹੈ ਕਿ ਸਾਊਂਡ ਪ੍ਰੂਫ ਨਹੀਂ ਹੁੰਦੇ, ਜਾਂ ਫਿਰ ਬਿਲਕੁਲ ਸਮਝ ਨਹੀਂ ਆਉਂਦੀ ਅਤੇ ਜਾਂ ਫਿਰ ਆਵਾਜ਼ ਗੂੰਜਦੀ ਰਹਿੰਦੀ ਹੈ, ਇਸ ਲਈ ਮੈਂ ਪੁੱਛਣਾ ਜ਼ਰੂਰੀ ਸਮਝਦਾ ਸੀ। ਸੋ ਸਭ ਤੋਂ ਪਹਿਲਾਂ ਬੱਚੋ, ਕੇਸਾਂ ਦੀ ਮਹਾਨਤਾ ਸੁਣਦੀ, ਕੇਸ ਦੋ ਸ਼ਬਦਾਂ ਦੇ ਜੋੜ ਤੋਂ ਬਣੇ ਨੇ, ਕੱਕਾ ਪਲੱਸ ਸੱਸਾ। ਕੱਕਾ ਸੂਚਕ ਹੈ ਕਪਾਲ ਦਾ, ਕਪਾਲ ਕਹਿੰਦੇ ਨੇ ਖੋਪਰੀ, ਅਤੇ ਸੱਸਾ ਸੁਹੱਪਣ ਦਾ, ਕੋਈ ਐਸਾ ਬੰਦਾ ਦੇਖੋ ਜਿਹਦੇ ਸਿਰ ਦੇ ਉੱਤੇ ਕੇਸ ਨਾ ਹੋ, ਬਿਲਕੁਲ ਲੰਜਾ ਹੋਵੇ, ਜਾਂ ਕਿਸੇ ਨੇ ਭੱਦੜ ਕਰਾਇਆ ਹੋਵੇ, ਮੁੰਡਣ ਕਰਾਇਆ ਹੋਵੇ, ਅਤੇ ਉਹਦੇ ਸਿਰ ਵੱਲ ਧਿਆਨ ਨਾਲ ਦੇਖੋ, ਤੁਹਾਨੂੰ ਬੜਾ ਪਤਾ ਜਿਹਾ ਲੱਗੇਗਾ, ਸਿਰ ਦੀਆਂ ਹੱਡੀਆਂ ਉਬੜ ਦੁਬੜਾ ਜਿਹਾ ਵਾਤਾਵਰਣ ਉਹਦੇ ਸਿਰ ਦਾ ਹੋਰ ਹੀ ਕਿਸਮ ਦਾ ਪ੍ਰਭਾਵ ਪਏਗਾ। ਇਸ ਲਈ ਕੇਸ ਸੂਚਕ ਨੇ ਇਸ ਗੱਲ ਦੇ ਕਿ ਇਹ ਖੋਪੜੀ ਦਾ ਸੁਹੱਪੜ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਰਾਮ ਰੀ
ਤਨ ਕੇਸ ਜਿੱਥੇ ਸਾਇੰਟਿਫਿਕ ਤੌਰ 'ਤੇ ਡਾਕਟਰਾਂ ਨੇ ਕੇਸਾਂ ਦੇ ਬੜੇ ਲਾਭ ਤਾਂ ਬੜੀਆਂ ਕਿਤਾਬਾਂ ਦੇ ਦਿੱਤੀਆਂ ਨੇ ਲਿਖੇ ਨੇ ਉੱਥੇ ਇਹ ਗੱਲ ਇਹ ਚੇਤਾ ਰੱਖਣੀ ਕਿ ਹਰ ਧਰਮ ਹਰ ਮਜ਼ਹਬ ਹਰ ਕੌਮ ਦੇ ਧਾਰਮਿਕ ਗ੍ਰੰਥ ਵਿੱਚ ਇਹ ਗੱਲ ਵਿਸ਼ੇਸ਼ ਤੌਰ 'ਤੇ ਲਿਖੀ ਹੈ ਕਿ ਪ੍ਰਮਾਤਮਾ ਵਾਹਿਗੁਰੂ ਨੇ ਜਿਹੜਾ ਸਭ ਤੋਂ ਪਹਿਲਾਂ ਮਨੁੱਖ ਇਸ ਧਰਤੀ 'ਤੇ ਪੈਦਾ ਕੀਤਾ ਪੱਛਮੀ ਮੱਤ ਜਿੰਨੇ ਵੀ ਹੈ ਉਹਨਾਂ ਦੇ ਧਾਰਮਿਕ ਗ੍ਰੰਥ ਜਬੂਰ ਤੌਰੇਤ ਅੰਜੀਲ ਅਤੇ ਕੁਰਾਨ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਹੈ ਕਿ ਜੋ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਮਨੁੱਖ ਪੈਦਾ ਕੀਤਾ ਉਹਨੂੰ ਪ੍ਰਮਾਤਮਾ ਨੇ ਆਪਣੇ ਵਰਗੀ ਸ਼ਕਲ ਦਿੱਤੀ ਅਤੇ ਜਦੋਂ ਅਸੀਂ ਗੁਰਮਤ ਵਿੱਚ ਪੜ੍ਹਦੇ ਹਾਂ ਤਾਂ ਗੁਰਮਤ ਵਿਚਾਰਧਾਰਾ ਦੇ ਮੁਤਾਬਕ ਪਰਮਾਤਮਾ ਦੇ ਦੋ ਸਰੂਪ ਨੇ ਨਿਰਗੁਣ ਆਪ ਸਰਗੁਣ ਵੀ ਹੋ ਗਈ ਕਲਾਧਾਰ ਸਗਲੀ ਹੋ ਗਈ ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਦੇ ਕੇਵਲ ਗੁਣ ਜਿਹੜੇ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਬਿਆਨ ਕੀਤੇ ਨੇ ਵਿਦਵਾਨਾਂ ਦਾ ਡਾਕਟਰ ਤਾਰਕ ਸਿੰਘ ਜੀ ਦਾ ਕਥਨ ਹੈ ਕਿ ਇਹ 14 ਗੁਣ ਨੇ ਇਹ ਨਿਰਗੁਣ ਸਰੂਪ ਹੈ ਵਾਹਿਗੁਰੂ ਦੀ ਹਸਤੀ ਵਿੱਚ ਬਿਆਨ ਕੀਤੀ ਹੈ ਗੁਣਾਂ ਦੇ ਗੁਣਾਂ ਦੇ ਆਧਾਰ 'ਤੇ ਜਦੋਂ ਅਸੀਂ ਸਰਗੁਣ ਸਰੂਪ ਵਿੱਚ ਦੇਖਦੇ ਹਾਂ ਅਤੇ ਜਿਤਨੀ ਵੀ ਮਾਨਵਤਾ ਹੈ ਜਿਤਨੀ ਵੀ ਸ੍ਰਿਸ਼ਟੀ ਹੈ ਉਹ ਪਰਮਾਤਮਾ ਵਾਹਿਗੁਰੂ ਦਾ ਹੀ ਰੂਪ ਹੈ ਇਸ ਲਈ ਪਿਆਰੇ ਬੱਚਿਓ ਜਦੋਂ ਅਸੀਂ ਨਿਰਗੁਣ ਸਰੂਪ ਵਿੱਚ ਦੇਖਦੇ ਹਾਂ ਤਾਂ ਕੇਵਲ ਉਹਦੇ ਗੁਣਾਂ ਦਾ ਜ਼ਿਕਰ ਆਉਂਦਾ ਹੈ ਜਦੋਂ ਸਰਗੁਣ ਸਰੂਪ ਦੇ ਵਿੱਚ ਦੇਖਦੇ ਹਾਂ ਉਸ ਵੇਲੇ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਬਿਆਨ ਕਰਦੇ ਹੋਏ ਗੁਰੂ ਸਾਹਿਬਾਨ ਨੇ ਵੀ ਇਹ ਗੱਲ ਲਿਖੀ ਹੈ ਤੇਰੇ ਸੋਹਣੇ ਨੱਕ ਜਿਨ ਲੰਬੜੇ ਵਾਲਾ ਇਹ ਪਰਮਾਤਮਾ ਤੇਰਾ ਸਰੂਪ ਤੇਰੀ ਹਸਤੀ ਬਹੁਤ ਸੋਹਣੀ ਹੈ ਅਤੇ ਤੇਰੇ ਲੰਬੇ ਵਾਲ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਬਰ ਬਾਣੀ ਆਰਤੀ ਦੇ ਵਿੱਚ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਤੁਸੀਂ ਰੋਜ਼ਾਨਾ ਪਾਠ ਕਰਦੇ ਹੋ ਇਹ ਤੁਕਾਂ ਪੜ੍ਹਦੇ ਹੋ ਸਹਿਜ ਤਤ ਹੈ ਨੰਦ ਹੈ ਤੋਰੇ ਹੋ ਸਹਿਜ ਮੁਕਤ ਨਨਾ ਹੈ ਤੋਰੇ ਸਹਿਜ ਪਦ ਮਲ ਨੰਦ ਏਕ ਪਦ ਗੰਧ ਮਿਲ ਸਹਿਜ ਧਰਮਾਂ ਤੇ ਚਲ ਚੁੱਕੀ ਇਹ ਪ੍ਰਮਾਤਮਾ ਤੇਰੇ ਲੱਖਾਂ ਲੱਖਾਂ ਨੇ ਆਹ ਜੋ ਤੁਸੀਂ ਬੈਠੇ ਹੋਏ ਤੇਰੇ ਲੱਖਾਂ ਹੀ ਪੈਰ ਨੇ ਲੱਖਾਂ ਹੀ ਨੱਕ ਨੇ ਜਦੋਂ ਵਾਸਤਵ ਦੇ ਵਿੱਚ ਦੇਖਦੇ ਹਾਂ ਨਿਰਗੁਣ ਰੂਪ ਵਿੱਚ ਤਾਂ ਤੇਰਾ ਕੋਈ ਨੱਕ ਨਹੀਂ ਕੋਈ ਅੱਖ ਨਹੀਂ ਕੋਈ ਸਰੂਪ ਨਹੀਂ ਜਗਰ ਕਹਿਣ ਅਰ ਵਰਨ ਜਾਤ ਅਰ ਪਾਤ ਨਾ ਹੈ ਜੇ ਇਸ ਲਈ ਪ੍ਰਮਾਤਮਾ ਦੇ ਅਨੇਕਾਂ ਨਾਮ ਅਤੇ ਅਨੇਕਾਂ ਰੂਪ ਹਨ ਬਲਿਆਰੇ ਨਾਮ ਜਿਹਦੇ ਤੇਰੇ ਨਾਮ ਹੈ ਤੇਰੇ ਰੂਪ ਅਨੰਤਾ ਇਹ ਪ੍ਰਮਾਤਮਾ ਤੇਰੇ ਅਨੇਕਾਂ ਹੀ ਰੂਪ ਹਨ ਇਸ ਲਈ ਪਰਮਾਤਮਾ ਦੇ ਨਾਮ ਵੀ ਪਰਮਾਤਮਾ ਦੇ ਕਰਮ ਦੇ ਕੇ ਰਹਿੰਦੇ ਤੇ ਜਦ ਸਰਬ ਨਾਮ ਕਥੇ ਕਵਰ ਕਰਮ ਨਾਮ ਵਰਣ ਸਮਾਤ ਬੱਚੋ ਬਾਣੀ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਜੇ ਪਰਮਾਤਮਾ ਨੂੰ ਦੇਖਣਾ ਹੈ ਤਾਂ ਬਾਣੀ ਮਹਿਲ ਦੇਖ ਮੁੱਖ ਜੈਸਾ ਨਾਮੇ ਪਸਾਮੀ ਬੈਠ ਜੈਸਾ ਵੀ ਆਪਣੀ ਸ਼ਕਲ ਬਾਣੀ ਦੇ ਵਿੱਚ ਦੇਖ ਲਓ ਤੇ ਤੁਹਾਨੂੰ ਪਰਮਾਤਮਾ ਦੇ ਹੀ ਦਰਸ਼ਨ ਹੋਣਗੇ ਪਰਮਾਤਮਾ ਵੀ ਐਸਾ ਹੀ ਹੁਣ ਅਸੀਂ ਆਪਣੇ ਅਸਲੀ ਵਿਸ਼ੇ ਵੱਲ ਆਈਏ ਕਈ ਵਾਰ ਤੁਹਾਡੇ ਤੇ ਸਵਾਲ ਕੀਤਾ ਜਾਂਦਾ ਸਿੱਖਾਂ ਦੇ ਬੱਚਿਆਂ ਦੇ ਕਿ ਤੁਸੀਂ ਕੇਸ ਕਿਉਂ ਰੱਖਦੇ ਹੋ ਕਰਦੇ ਨਾ ਕਈ ਸਵਾਲ ਵੀ ਸਿੱਖ ਕੇਸ ਕਿਉਂ ਰੱਖਦੇ ਨੇ ਬੱਚੇ ਜਦੋਂ ਸੁੱਜੇ ਤੋਂ ਕੇ ਬੈਠਣਾ ਮੈਂ ਤੁਹਾਡੇ ਕੁਛ ਵੀ ਲੈਣਾ ਜਦੋਂ ਕਿਤੇ ਮੈਨੂੰ ਲੱਗਣਾ ਨਾ ਕਿ ਤੁਹਾਡਾ ਧਿਆਨ ਹੈ ਨਹੀਂ ਮੈਂ ਕੁਛ ਕਰਦਾ ਸੁੱਖੀ ਤੋਂ ਸੁੱਖੀ ਭਾਸ਼ਾ ਵਿੱਚ ਜਿਹੜੀ ਗੱਲ ਤੁਹਾਨੂੰ ਸਮਝ ਆ ਜਾਵੇ ਉਹੀ ਗੱਲ ਜਿਹੜੀ ਹੈ ਤੋਂ ਤੁਹਾਨੂੰ ਦੱਸੀ ਜਾਵੇ ਉਸ ਭਾਸ਼ਾ 'ਚ ਦੱਸੀ ਜਾਵੇ ਸੋ ਕਈ ਵਾਰ ਇਹ ਸਵਾਲ ਕੀਤਾ ਜਾਂਦਾ ਵੀ ਸਿੱਖ ਕੇਸ ਕਿਉਂ ਰੱਖਦੇ ਨੇ ਇਹ ਬਿਲਕੁਲ ਗਲਤ ਹੈ ਸਵਾਲ ਜਾਂ ਕਿ ਪੁੱਛਣਾ ਸਾਨੂੰ ਚਾਹੀਦਾ ਕਿ ਤੁਸੀਂ ਕੇਸ ਕਿਉਂ ਕਟਾਉਂਦੇ ਹੋ ਜਦੋਂ ਕੋਈ ਤੁਹਾਨੂੰ ਪੁੱਛੇ ਨਾ ਕੇਸ ਕਿਉਂ ਰੱਖਦੇ ਹੋ ਤਾਂ ਤੁਸੀਂ ਉਲਟਾ ਉਹਨਾਂ 'ਤੇ ਸਵਾਲ ਕਰੋ ਤੁਸੀਂ ਕਟਾਉਂਦੇ ਕਿਉਂ ਇੱਕ ਇੱਕ ਬੱਚਾ ਜਨਮ ਲੈਂਦਾ ਹੈ ਜੇ ਜਨਮ ਲੈਂਦੇ ਸਾਲ ਸਾਡੇ ਘਰਾਂ ਦੇ ਸਿੱਖਾਂ ਦੇ ਵਿੱਚ ਅਸੀਂ ਕੇਸ ਨਹੀਂ ਹੁੰਦੇ ਕਟਾਉਂਦੇ ਅਤੇ ਕੇਸ ਆਪਣੇ ਆਪ ਤਾਂ ਝੜਦੇ ਹੋ ਸਾਰੇ ਬੱਚੇ ਸਾਡੇ ਕੇਸਾਧਾਰੀ ਜਾਂਦੇ ਨੇ ਤੁਸੀਂ ਸਾਰੇ ਮੇਰੇ ਸਾਹਮਣੇ ਕਿਸਾਨ ਬੈਠੇ ਹੋ ਇਹ ਉਦੋਂ ਹੀ ਕੇਸ ਗਾਇਬ ਹੁੰਦੇ ਨੇ ਜਦੋਂ ਬੰਦਾ ਕੇਸ ਕੱਟਦਾ ਹੈ ਕਿਉਂਕਿ ਸਾਰੇ ਧਰਮਾਂ ਦੇ ਵਿੱਚ ਭਾਵੇਂ ਕੋਈ ਵੀ ਧਰਮ ਗ੍ਰੰਥ ਲੈ ਲਈਏ
ਕੋਈ ਵੀ ਧਰਮ ਲੈ ਲਈਏ ਕੇਸਾਂ ਦੀ ਮਹਾਨਤਾ ਸੰਬੰਧੀ ਹਵਾਲੇ ਮਿਲਦੇ ਨੇ। ਬੜੇ ਸੰਖੇਪ ਦੇ ਰੂਪ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬਾਈਬਲ ਵਿੱਚ ਵੀ ਸੈਮਸਨ ਅਤੇ ਡਲੇਲਾ ਨਾਂ ਦੀ ਇੱਕ ਲੜਕੀ ਦਾ ਜ਼ਿਕਰ ਹੈ। ਸੈਮਸਨ ਬੜਾ ਬਹਾਦਰ ਸੀ, ਕਿਸੇ ਨੂੰ ਜਿੱਤਿਆ ਨਹੀਂ ਜਾਂਦਾ ਸੀ। ਦੁਸ਼ਮਣਾਂ ਨੇ ਪਤਾ ਲਗਾਇਆ ਕਿ ਸੈਮਸਨ ਜਿਹੜਾ ਹੈ ਉਹ ਕਿਉਂ ਨਹੀਂ ਜਿੱਤਿਆ ਜਾਂਦਾ, ਅਤੇ ਇਹ ਭੇਦ ਖੁੱਲ ਗਿਆ ਕਿ ਉਹਦੇ ਕੇਸ ਬੜੇ ਲੰਬੇ। ਖੈਰ ਇਹ ਬਾਈਬਲ ਦੇ ਵਿੱਚ ਕਹਾਣੀ ਦਿੱਤੀ ਹੈ। ਡਲੇਲਾ ਨਾਂ ਦੀ ਕੁੜੀ ਨੇ ਧੋਖਾ ਦਿੱਤਾ, ਉਸਦੇ ਭੇਦ ਕੇਸ ਕੱਟ ਕੇ ਉਹਦੇ ਨਾਲ ਪਹਿਲਾਂ ਦੋਸਤੀ ਪਾਈ ਅਤੇ ਉਹਨੂੰ ਨਿਰਬਲ ਕਰ ਦਿੱਤਾ। ਇਹ ਸਾਖੀ ਤੋਂ ਪਤਾ ਲੱਗਦਾ ਹੈ ਕਿ ਕੇਸਾਂ ਦੀ ਮਹਾਨਤਾ ਸੰਬੰਧੀ ਬਾਈਬਲ ਵਿੱਚ ਵੀ ਅੰਕਤ ਹੈ। ਵੈਸੇ ਵੀ ਸਾਡੀ ਮਸੀਹ ਜੀ ਬੋਲ ਤਾਂ ਤੁਸੀਂ ਕਈ ਵਾਰ ਦੇਖੀ ਹੋਣੀ, ਉਹ ਜਿਵੇਂ ਅਸੀਂ ਸਾਫ ਸੁਰਤ ਹਾਂ ਉਹਨਾਂ ਦੀ ਵੀ ਸਾਫਦਾਰੀ ਹੈ ਅਤੇ ਸਿਰ ਦੇ ਕੇਸ ਵੀ ਸਾਫ ਕਰਦੇ ਨੇ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਕੁਰਾਨ ਦੇ ਵਿੱਚ ਐਸੇ ਹਵਾਲੇ ਮਿਲਦੇ ਨੇ, ਕਈ ਹਦੀਸਾਂ ਦੇ ਵਿੱਚ ਹਵਾਲੇ ਮਿਲਦੇ ਨੇ ਕਿ ਹਜ਼ਰਤ ਮੁਹੰਮਦ ਸਾਹਿਬ ਇਸਲਾਮ ਧਰਮ ਦੇ ਬਾਨੀ ਨੇ, ਜਿਹੜੇ ਬਹੁਤ ਸਾਫ ਸੁਰਤ ਦਸਤਾਰ ਵੀ ਸਜਾਉਂਦੇ ਸੀ, ਸਿਰ ਦੇ ਕੇਸ ਵੀ ਰੱਖਦੇ ਸੀ, ਬਲਕਿ ਸੀਰੀਆ ਦੇ ਵਿੱਚ ਉਹਨਾਂ ਨੂੰ ਦਸਤਾਰ ਜਾਂ ਪੱਗ ਵਾਲਾ ਪੈਗੰਬਰ ਕਰਕੇ ਵੀ ਮੰਨਿਆ ਜਾਂਦਾ ਹੈ। ਇਹ ਵੀ ਚੇਤੇ ਰੱਖਣ ਵਾਲੀ ਗੱਲ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਿਹੜਾ ਵਪਾਰ ਸੀ ਨਾ, ਉਹ ਕਿਤਾਬਾਂ ਦੇ ਵਿੱਚ ਲਿਖਿਆ ਹੈ ਕਿ ਉਹ ਪੱਗਾਂ ਦਾ ਹੀ ਵਪਾਰ ਸੀ ਉਹਨਾਂ ਦਾ। ਇਹਦਾ ਮਤਲਬ ਇਹ ਦਸਤਾਰ ਕੇਵਲ ਸਾਡੇ ਧਰਮ ਵਿੱਚ ਹੀ ਨਹੀਂ, ਬਲਕਿ ਦੁਨੀਆ ਦੇ ਹਰ ਧਰਮ ਹਰ ਪੌਦੇ ਦੇ ਵਿੱਚ ਪਹਿਲਾਂ ਗੱਲ ਮੰਨੀ ਜਾਂਦੀ ਸੀ। ਤੁਲਸੀ ਰਮਾਇਣ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਯੁੱਧਿਆ ਕਾਂਡ ਜਦੋਂ ਸ਼ੁਰੂ ਹੁੰਦਾ ਹੈ ਕਿ ਦਰਿਆ ਦੇ ਕੰਢੇ 'ਤੇ ਜਾ ਕੇ ਰਾਮ ਚੰਦਰ ਜੀ ਮਹਾਰਾਜ ਨੇ ਜਦੋਂ ਦਰਿਆ ਪਾਰ ਕਰਨਾ ਸੀ, 14 ਸਾਲ ਦਾ ਵਨਵਾਸ ਕੱਟਣ ਲਈ ਗਏ, ਮਲਾਹ ਤੋਂ ਦੁੱਧ ਮੰਗਾਇਆ, ਬੋੜ ਦਾ ਦੁੱਧ ਦਰਖਤ ਦਾ, ਅਤੇ ਉਹਦੇ ਨਾਲ ਆਪਣੀਆਂ ਜੜ੍ਹਾਂ ਬਣਾਈਆਂ। ਜਿੱਥੋਂ ਪਤਾ ਲੱਗਦਾ ਹੈ ਕਿ ਹਿੰਦੂ ਧਰਮ ਆਪਣੇ ਪੈਗੰਬਰਾਂ ਤੋਂ ਬਾਕੀ ਹੋ ਗਏ। ਤੁਸੀਂ ਵੈਸੇ ਵੀ ਓਮ ਨਮੋ ਸ਼ਿਵਾਏ, ਜੈ ਦੁਰਗਾ ਮੈਯਾ, ਜੈ ਹਨੂੰਮਾਨ, ਰਮਾਇਣ, ਮਹਾਭਾਰਤ ਕਿੰਨੇ ਨਾਟਕ ਦੇਖੇ ਨੇ, ਸਾਰੇ ਦੇ ਸਾਰੇ ਕੁਝ ਭਾਵੇਂ ਸਿੰਘ ਜੀ ਨੂੰ ਦੇਖ ਲਓ, ਬ੍ਰਹਮਾ ਜੀ ਨੂੰ ਦੇਖ ਲਓ ਜਾਂ ਵਿਸ਼ਨੂੰ ਜੀ ਨੂੰ ਦੇਖੋ, ਸਭ ਸੂਰਤ ਐ ਹਰਾ ਅਤੇ ਉਹਨਾਂ ਦੇ ਕੇਸ ਨੇ। ਇਹਦੇ ਸਾਧੂ ਨਾਲ ਵਿਸ਼ਵਾਸ ਕਰਨਾ ਚਾਹੀਦਾ ਕਿ ਜੇ ਤੁਸੀਂ ਤੁਹਾਡੇ ਪੈਗੰਬਰ ਜਿਹੜੇ ਕਿਸ਼ਨ ਤਾਰੇ ਨੇ ਤਾਂ ਤੁਸੀਂ ਕੇਸ ਕਿਉਂ ਕਟਾਏ ਨੇ। ਬਲਕਿ ਰਿਗਵੇਦ ਦੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਬ੍ਰਾਹਮਣਾਂ, ਸੰਨਿਆਸੀਆਂ, ਅਧਿਆਪਕਾਂ ਅਤੇ ਵੈਦਾਂ ਲਈ ਕੇਸ਼ਾਧਾਰੀ ਹੋਣਾ ਜ਼ਰੂਰੀ ਹੈ। ਵਿਸ਼ਨੂੰ ਪੁਰਾਣ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਚੰਗਾ ਮਨੁੱਖ ਉਹੀ ਹੈ ਜੋ ਨੰਗੇ ਸਿਰ ਖਾਣਾ ਨਹੀਂ ਖਾਂਦਾ ਅਤੇ ਨੰਗੇ ਸਿਰ ਪੂਜਾ ਨਹੀਂ ਕਰਦਾ, ਜੋ ਕੇਸਾਂ ਦਾ ਪੂਰਾ ਸਤਿਕਾਰ ਕਰਦਾ ਹੈ। ਵਿਸ਼ਨੂੰ ਪੁਰਾਣ ਦਾ ਅੰਸ਼ 5, ਰੱਬ ਨੇ 2 ਕੇਸ ਧਰਤੀ 'ਤੇ ਸੁੱਟੇ, ਇੱਕ ਕਾਲਾ ਸੀ ਅਤੇ ਇੱਕ ਚਿੱਟਾ ਸੀ। ਕਾਲੇ ਤੋਂ ਕ੍ਰਿਸ਼ਨ ਜੀ ਦਾ ਜਨਮ ਹੋਇਆ ਅਤੇ ਚਿੱਟੇ ਤੋਂ ਉਹਨਾਂ ਦੇ ਭਰਾ ਬਲਰਾਮ ਦਾ ਜਨਮ ਹੋਇਆ। ਬੱਚਿਓ, ਵੈਦਾਂ ਦੀਆਂ ਉਦਾਹਰਨਾਂ ਜਿਹੜੀਆਂ ਨਾ ਉਹ ਇਹ ਸਾਬਤ ਕਰਦੀਆਂ ਨੇ ਕਿ ਦੁਨੀਆ ਦੇ ਹਰ ਧਰਮ, ਹਰ ਮਜ਼ਹਬ, ਹਰ ਧਰਮ ਗ੍ਰੰਥ ਦੇ ਵਿੱਚ ਕੇਸਾਂ ਦੀ ਮਹਾਨਤਾ ਦ੍ਰਿੜ ਕਰਵਾਈ ਗਈ ਹੈ। ਅਤੇ ਇੱਕ ਗੱਲ ਤੁਸੀਂ ਫਿਰ ਮੈਂ ਤੁਹਾਨੂੰ ਚੇਤੇ ਕਰਵਾ ਦੇਵਾਂ ਕਿ ਤੁਸੀਂ ਇਹ ਦਲੀਲਾਂ ਨੋਟ ਕਰਿਆ, ਕੋਰਟੀਆਂ ਕਾਪੀਆਂ ਦੇ ਇਹ ਕੋਟੇਸ਼ਨਾਂ ਜਿਹੜੀਆਂ, ਜੇ ਤੁਹਾਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਕੇਸ ਕਿਉਂ ਬਣਾਉਂਦੇ ਹੋ, ਉਲਟਾ ਤੁਸੀਂ ਸਵਾਲ ਕਰਨਾ ਕੇਸ ਕਿਉਂ ਰੱਖਦੇ ਹੋ, ਤੁਸੀਂ ਪੁੱਛਣਾ ਕਿ ਤੁਸੀਂ ਕੇਸ ਕਿਉਂ ਬਣਾਉਂਦੇ। ਦੂਜੇ ਨੰਬਰ 'ਤੇ ਕੇਸ ਕੱਟਣੇ ਕਦੋਂ ਸ਼ੁਰੂ ਹੋਏ, ਫਿਰ ਕੱਟਣੇ ਕਿਉਂ ਸ਼ੁਰੂ ਕੀਤੇ। ਲਗਭਗ ਸਾਰੇ ਹੀ ਧਰਮਾਂ ਦੇ ਵਿੱਚ ਕੋਈ ਨਾ ਕੋਈ ਐਸੀ ਗੱਲ ਮਿਲਦੀ ਹੈ ਕਿ ਕਿਸੇ ਨੇ ਅੱਧੀਆਂ ਪੁੱਛਾਂ ਕਿ ਅੱਧੀ ਦਾੜੀ ਕੱਟ ਲਈ, ਉਹ ਸਜ਼ਾ ਦੇ ਤੌਰ 'ਤੇ ਮੈਂ ਹੁਣ ਨਾਂ ਨਹੀਂ ਲੈਣਾ, ਕਿਉਂਕਿ ਉਹਨਾਂ ਦੇ ਕੋਈ ਵਿੱਚ ਬੈਠਾ ਨਾ ਹੋਵੇ ਬੱਚਾ, ਕੋਈ ਮਨ ਨੂੰ ਠੇਸ ਕੀਤੀ। ਪਰ ਜੇ ਦੂਜੇ ਧਰਮ ਜਿਹੜਾ ਸਾਡਾ ਵਾਢੀ ਧਰਮ ਹੈ, ਤਾਂ ਇਹ ਤੁਸੀਂ ਚੇਤਾ ਰੱਖਣਾ ਕਿ ਮਹਾਭਾਰਤ ਤੋਂ ਬਾਅਦ, ਪਾਂਡਵਾਂ ਦੇ ਰਾਜ ਤੋਂ ਬਾਅਦ ਇੱਕ ਨੰਦ ਰਾਜਾ ਨਾਂ ਦਾ ਸ਼ੂਦਰਾਂ ਵਿੱਚੋਂ ਹੋਇਆ ਜਿਹਨੇ ਰਾਜਪਾਲ ਕੀਤਾ, ਅਤੇ ਜਿਹੜੇ ਪ੍ਰਾਚੀਨ ਜਾਤੀਏ ਸੀ ਜਾਤ ਸਮਾਜੀ ਲੋਕ, ਸ਼ੂਦਰ ਦਾ ਰਾਜ ਉਹਨਾਂ ਨੂੰ ਪਰਵਾਹ ਨਹੀਂ ਸੀ, ਉਹ ਸਕੀਮਾਂ ਬਣਾਉਣ ਲੱਗੇ। ਬ੍ਰਾਹਮਣਾਂ ਦੇ ਕੋਲ ਗਏ, ਸਾਨੂੰ ਢੰਗ ਦੱਸੋ
ਤੇ ਬ੍ਰਾਹਮਣਾਂ ਨੇ ਆਪਣੇ ਮਤਲਬ ਦੀ ਗੱਲ ਉਹਨਾਂ ਨੂੰ ਦੱਸੀ ਕਿ ਜੇ ਤੁਸੀਂ ਆਪਣਾ ਰਾਜਕਾਰ ਕਰਨਾ ਚਾਹੁੰਦੇ ਹੋ ਤੇ ਜਗਤ ਰਾਜ ਉਹਦੇ ਨਾਲ ਕੀ ਹੋਏਗਾ, ਰਾਜਾ ਅੱਧਾ ਹੋ ਜਾਏਗਾ, ਰਾਜਾ ਮਰ ਜਾਏਗਾ, ਨੱਦ ਰਾਜਾ। ਪਰ ਜਦੋਂ ਉਹਨੂੰ ਪਤਾ ਲੱਗਾ ਉਹ ਵੀ ਉਸੇ ਵਹਿਮਾਂ ਭਰਮਾਂ ਦਾ ਪ੍ਰਤੀਕ ਸੀ, ਜਿਹੜੀ ਧਾਰਨੀ ਸੀ, ਉਹਨੇ 18 ਦੇ ਖਾਤ ਬ੍ਰਾਹਮਣ ਕਤਲ ਕਰਨ ਦਾ ਫੈਸਲਾ ਕਰ ਲਿਆ। ਤੇ ਜਦੋਂ ਕਤਲ ਕਰਨ ਲੱਗਾ ਕਿਸੇ ਨੇ ਸਲਾਹ ਦਿੱਤੀ ਕਿ ਵਿਦਵਾਨ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ, ਮੌਤ ਤੋਂ ਵੱਡੀ ਸਜ਼ਾ ਇਹਨਾਂ ਨੂੰ ਦੇ ਦਿਓ, ਇਹਨਾਂ ਦੇ ਕੇਸ ਕਤਲ ਕਰ ਦਿਓ। ਉੱਥੋਂ ਉਹਨਾਂ ਨੇ ਮੁੰਡਣ ਸੰਸਕਾਰ ਵੇਦਾਂ ਦੇ ਭਰਤੀ ਕਰ ਦਿੱਤੇ ਸਲੋਕ ਲਿਖ ਕੇ, ਜਿੱਥੋਂ ਇਹ ਕੇਸ ਕੱਟਣ ਦੀ ਮਰਯਾਦਾ ਸ਼ੁਰੂ ਹੋ ਗਈ। ਹਨੂੰਮਾਨ ਨਾਟਕ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਦੋਂ ਪਰਸ਼ੁਰਾਮ ਖੱਤਰੀਆਂ ਦਾ ਨਾਸ਼ ਕਰਨ ਦੇ ਲਈ ਤਿਆਰ ਹੋਇਆ, ਰਾਮਚੰਦਰ ਜੀ ਬਨਵਾਸ ਤੋਂ ਆ ਰਹੇ ਸਨ, ਰਾਮ ਸੀਤਾ ਤੇ ਲਕਸ਼ਮਣ, ਤੇ ਉਸ ਵੇਲੇ ਹਨੂੰਮਾਨ ਵੀ ਨਾਲ ਸੀ। ਇਹਨੇ ਕੁਹਾੜੇ ਦੇ ਨਾਲ ਇਹਨਾਂ ਨੂੰ ਘੇਰਾ ਪਾ ਲਿਆ ਤੇ ਖੱਤਰੀਆਂ ਦੇ ਮੁੰਡੇ ਆ ਗਏ, ਇਹਨਾਂ ਦਾ ਵੀ ਬੰਦ ਕਰ ਦਿਆ। ਪਰ ਹਨੂੰਮਾਨ ਨੇ ਅੱਗੇ ਉਸ ਨੂੰ ਬੰਨ ਕੇ ਫਿਰ ਰਾਮਚੰਦਰ ਜੀ ਤੋਂ ਇਜਾਜ਼ਤ ਮੰਗਦਾ, ਬਾਹੋਂ ਬਾਅਦ ਕਰੋ, ਬਾਹੋਂ ਦੇਸ਼ ਸੇ ਲਗਾ ਲਓ, ਸੀਸ ਧੜ ਸੇ ਬਣਾ ਲਓ, ਬਾਹੋਂ ਜੀ ਹੁਣ ਕਾਟ ਕੀਤੀ ਹੈ। ਬਾਹੋਂ ਕਹਿੰਦਾ ਤਾਂ ਮਹਾਰਾਜ ਹੁਕਮ ਕਰੋ, ਮੈਨੂੰ ਬੰਨ ਕੇ ਰੱਖਣਾ, ਦੇਸ਼ ਗਾਲਾ ਦੇ ਦੇਵਾਂ ਜਾਂ ਇਹਨੂੰ ਮੌਤ ਦੇ ਕਾਟ ਉਤਾਰ ਦੇਵਾਂ, ਜੇ ਤੁਹਾਡਾ ਹੁਕਮ ਹੋਵੇ ਤਾਂ ਇਹਦਾ ਜੂੜਾ ਕੱਟ ਕੇ ਸਿਰ ਦੇਵਾਂ। ਪਰਸ਼ੁਰਾਮ ਦਾ ਜੂੜਾ ਜਿਹੜਾ ਹੈ ਬਹੁਤ ਵੱਡੀ ਸਜ਼ਾ ਦਿੱਤੀ। ਇੱਥੋਂ ਪਤਾ ਲੱਗਦਾ ਕਿ ਐਡੀ ਵੱਡੀ ਸਜ਼ਾ ਦਿੱਤੀ ਗਈ ਸੀ। ਜੇ ਅਸਲ ਵਿੱਚ ਉਸ ਤੋਂ ਬਾਅਦ ਮਹਾਭਾਰਤ ਪੜ੍ਹਦੇ ਹਾਂ, ਮਨੂ ਅਰਜਨ ਦਾ ਪੁੱਤਰ ਸੀ, ਚੱਕਰ ਚੋਰੀ ਫਸਾ ਕੇ ਜੈਤਰਥ ਨੇ ਕਤਲ ਕਰ ਦਿੱਤਾ, ਤੇ ਉਸ ਵਕਤ ਮੌਤ ਤੋਂ ਵੱਡੀ ਸਜ਼ਾ ਜੈਤਰਥ ਨੂੰ ਅਰਜਨ ਨੇ ਜਿੱਦਿਨ ਦੇ ਕੇਸ ਕਰ ਦਿੱਤੇ ਮਹਾਭਾਰਤ ਦੇ ਵਿੱਚ, ਮੈਂ ਆਪ ਦੇਖਿਆ ਸੀ। ਐਨ ਆਲੂ ਵਾਲਾ ਸਿਰਪਾ ਦਿੱਤਾ ਸੀ ਉਹਦਾ, ਜੋ ਕਿ ਉਹ ਨਾਟਕ ਦੱਸਿਆ ਜਾ ਰਿਹਾ ਸੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਹਾਭਾਰਤ ਤੋਂ ਬਾਅਦ ਕ੍ਰਿਸ਼ਨ ਜੀ ਦਾ ਇਤਿਹਾਸ ਪੜ੍ਹਦੇ ਹਾਂ, ਕ੍ਰਿਸ਼ਨ ਜੀ ਬਾਰੇ ਖੋਜ ਕਰਦੇ ਹਾਂ, ਤੇ ਰੁਕਮਣੀ ਨੂੰ ਲੈ ਕੇ ਆ ਰਹੇ ਸਨ। ਰੁਕਮਣੀ ਦਾ ਘਰ ਰੁਕਮਣ ਉਹ ਰਾਜਾ ਕੋਲ ਰੋ ਕੇ ਕਹਿ ਗਿਆ ਕਿ ਮੈਂ ਆਪਣੀ ਭੈਣ ਨੂੰ ਇੱਦਾਂ ਦੀ ਜਾਨ ਦੇਣਾ ਅਸੀਂ ਪਤਾ ਹੋਏਗਾ। ਪਰ ਰੁਕਮਣੀ ਦੇ ਬੇਨਤੀ ਕਰਕੇ ਕ੍ਰਿਸ਼ਨ ਜੀ ਨੇ ਮੌਤ ਨਾਲ ਵੱਡੀ ਸਜ਼ਾ ਉਹਦੇ ਕੇਸ ਕਰਕੇ ਉਹਨੂੰ ਸਜ਼ਾ ਦਿੱਤੀ। ਉਸ ਤੋਂ ਬਾਅਦ ਇਹ ਕੇਸ ਕੱਟਣ ਦਾ ਰਿਵਾਜ ਚੱਲ ਪਿਆ। ਜਦੋਂ ਸਾਡੇ ਵੀ ਤੋਂ ਵਿਚਾਰ ਕਰ ਰਹੇ ਉਹ ਆਲੀਆ ਸੀ ਕਿ ਪਹਿਲੀ ਕਲਾਸ ਸਾਹਿਬ ਸੱਜੇ ਜੀ ਆ ਰਹੇ ਨੇ, ਸੀਨੀਅਰ ਡਾਕਟਰ ਡਾਕਟਰ ਸਰੀਕਾ ਨੇ ਇੱਕ ਵਾਰੀ ਇਹ ਇਨਸਾਫ ਕੀਤਾ ਸੀ ਕਿ ਇਹਨਾਂ ਦੇ ਸਿਰ ਤੇ ਕੇਸ ਮੂੰਹ ਦੇ ਪੁੱਛਣ ਦੇ ਦਾਵੇ ਨਹੀਂ ਹੁੰਦੇ, ਦੂਜਿਆਂ ਦੇ ਮੁਕਾਬਲੇ ਤੇ ਉਹਨਾਂ ਨੂੰ ਸਾਰੀ ਬਿਮਾਰੀ ਪਾ ਲੱਗਦੀ ਹੈ। ਬੰਗਾਲ ਦੇ ਡਾਕਟਰਾਂ ਨੇ ਇੱਕ ਵਾਰੀ ਮੁਆਇਨਾ ਕੀਤਾ ਸੀ, ਉਹਨਾਂ ਨੇ ਕੀ ਪਾਇਆ ਕਿ ਬੰਗਾਲ ਦੀਆਂ ਔਰਤਾਂ ਹੱਟਾਂ ਦੇ ਰੋਗਾਂ ਤੋਂ ਸਾਹ ਦੇ ਰੋਗਾਂ ਤੋਂ ਜ਼ਿਆਦਾ ਦੁੱਖ ਨੇ, ਕਿਉਂਕਿ ਉਹ ਸਾਧ ਸੁਖ ਕੇ ਜ਼ਿਆਦਾ ਰਹਿੰਦੀਆਂ ਨੇ ਤੇ ਬੰਦਿਆਂ ਨੂੰ ਜ਼ਿਆਦਾ ਕਰਕੇ ਬਿਮਾਰੀ ਜਿਹੜੀ ਹੱਟਾਂ ਦੀ ਅਤੇ ਕੇਸਾਂ ਦੀ ਅਤੇ ਸਾਹ ਦੀ ਉਹ ਬੰਦਿਆਂ ਨੂੰ ਜ਼ਿਆਦਾ ਪਾ ਰਹੀ ਹੈ। ਅਤੇ ਉਹਨਾਂ ਦਾ ਵੀ ਵਿਚਾਰ ਸੀ ਕਿ ਜੇ ਕੇਸ ਰੱਖੇ ਨਾ ਇਹ ਸਾਡੇ ਵਿੱਚ ਵਿਚਾਰ ਹੈ, ਇਹਨੂੰ ਇਹ ਨਹੀਂ ਕਹਿੰਦਾ ਕਿ ਇਹਨੂੰ ਬੈਠੀ ਬੰਦੇ ਜਾਏ, ਪਰ ਹੋਰ ਰੱਖ ਰੱਖ ਕੇ ਕਹਿਤਾ ਪਹਿਲੇ ਕੇਸ ਕਰਾਉਣੇ ਚਾਹੇ ਤਾਂ ਅਸੀਂ ਦੁੱਖ ਹੋ। ਸਾਡੇ ਲਈ ਕੀ ਹੈ ਕੇਸਾਂ ਦੀ ਬਹੁਤ ਮਹਾਨਤਾ ਹੈ, ਕਿਉਂਕਿ ਜੇ ਤੁਸੀਂ ਸਾਰੇ ਨੇ ਸੁਣਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਹੈ ਨਿਸ਼ਾਨੇ ਸਿੱਖੀ ਪੰਜ ਹਰਗਾਵ ਹਰ ਕਿਸਨਾ ਬਾਦਸ਼ਾਹ ਕੀ ਪੰਜ ਗਵਾਵ ਬੜਾ ਬਾਦ ਪਛਮੁਲਾ ਮਿਲਾ ਬਿਨਾਂ ਕੇਸ ਦੇ ਸੱਤ ਦੇਸ ਜਿਮਲਾ ਨਿਸ਼ਾਨ। ਇਹ ਦਸ ਪਾਤਸ਼ਾਹ ਦਾ ਹੁਕਮ ਭਾਈ ਨੰਦਰਾਜ ਜੀ ਨੇ ਲਿਖਿਆ ਤੇ ਸਿੱਖੀ ਕੇ ਪੰਜ ਨਿਸ਼ਾਨ ਉਹ ਤੁਹਾਨੂੰ ਪਤਾ ਹੈ ਕਿਹੜੇ ਕਿਹੜੇ ਨੇ ਬਾਦਸ਼ਾਹ ਤੁਹਾਨੂੰ ਪਤਾ ਹੈ ਨਾ, ਬੋਲੋ ਬੱਚਾ। ਸਭ ਤੋਂ ਪਹਿਲਾਂ ਦੂਜੇ ਨੰਬਰ ਤੇ ਅੱਗਾ ਤੀਜੇ ਨੰਬਰ ਤੇ ਬੜਾ ਭਾਈ ਬਤਾ ਕਿ ਉਦੇਸ਼ ਕਿਆ ਉਦੇਸ਼ ਸੀ ਨੂੰ
ਮੈਂ ਬੋਲਾਂਗਾ ਪਿੱਛੇ ਤੁਸੀਂ ਤਾਂ ਕਿ ਦ੍ਰਿੜ ਹੋ ਜਾਵੇ ਬੋਲੋ
ਸਰੀਰ ਛੱਡੇ ਆਵਾਜ਼ ਚੁੱਕੀ ਵੀ ਨਹੀਂ ਆਉਂਦੀ ਪਰ ਚੁੱਪੀ ਤੇ ਵੱਧ ਵੱਧ ਵਾਲੇ ਜਿੱਦਾਂ ਜਿੱਦਾਂ ਨਾ ਕੋਈ ਨਸ਼ੇ ਨੂੰ ਸੁੱਤਾ ਹੋਵੇ ਗੱਜ ਕੇ ਬੋਲੋ ਪਹਿਲਾਂ ਚੌਪੜੇ ਮਾਰ ਕਿਉਂਕਿ ਥੋੜ੍ਹੀ ਸਟੇਜ ਨਾ ਦੂਰ ਲਾ ਦਿੱਤੀ ਮੈਂ ਚਾਹੁੰਦਾ ਸੀ ਜਿਹੜੇ ਜਿਹੜੇ ਇਕੱਠੇ ਕਰਕੇ ਬਣਾ ਦੇ ਅਤੇ ਇਹ ਥੱਲੇ ਹੁੰਦਾ ਤਾਂ ਕਿ ਤੁਹਾਨੂੰ ਅਸੀਂ ਨਾ ਚੁਸਤ ਵਰਤ ਰੱਖ ਪਰ ਮੈਂ ਵੀ ਗੱਲਾਂ ਗੱਲਾਂ ਮਹਿਸੂਸ ਕਰ ਰਿਹਾ ਦੂਰ ਜਿਹਾ ਖੜਾ ਹੈ ਇਹਨੂੰ ਸਟੇਜ ਨੂੰ ਅੱਗੇ ਥੱਲੇ ਲਾਇਓ ਪੱਥਰ ਟਾਇਮ ਖਾ ਵੀ ਜਾਣਾ ਅਤੇ ਫਿਰ ਮੈਂ ਕੋਈ ਆ ਬੱਚੋ ਇੱਕ ਵਾਰੀ ਬੋਲੋ ਗੰਗਾ ਜਲ ਨੂੰ ਅਮਰਤ ਕਰ ਪਾਗ ਜਿਵੇਂ ਕਰ ਬੰਦੇ ਦਾਤਨ ਮੀਤ ਕਰੇ ਨਾਮ ਸੁਭਾਵੇ ਲਾਲ ਜੀ ਬੱਚੇ ਦਾ ਮਤਲਬ ਹੈ ਵੀ ਮੇਰੇ ਸਿੱਖ ਨੇ ਅੰਮ੍ਰਿਤ ਵੇਲੇ ਗੰਗਾ ਕੇ ਸਾਨੂੰ ਸਭ ਤੋਂ ਪਹਿਲਾਂ ਕਰਨਾ ਹੈ ਦੋ ਅਰਥ ਕਰਨਾ ਸ਼ਾਮ ਨੂੰ ਫਿਰ ਪੱਗ ਚੁਣ ਚੁਣ ਕੇ ਬੰਨਣੀ ਹੈ ਚੁਣ ਚੁਣ ਕੇ ਪੱਗ ਬੰਨਣ ਦਾ ਮਤਲਬ ਜਿਹੜਾ ਹੈ ਨਾ ਸੋਹਣੀ ਤੋਂ ਸੋਹਣੀ ਪੱਗ ਜਿਹੜੀ ਹੈ ਨਾ ਦਸਤਾਰ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੇ ਨਹੀਂ ਬਲਕਿ ਪਹਿਲੇ ਪਾਤਸ਼ਾਹ ਦੇ ਸਮੇਂ ਤੇ ਹੀ ਦਸਤਾਰ ਜਿਹੜੀ ਹੈ ਨਾ ਸਿੱਖਾਂ ਨੂੰ ਮਿਲ ਰਹੀ ਸੀ ਔਰ ਦਸਮ ਪਾਤਸ਼ਾਹ ਨੇ ਤਾਂ ਪ੍ਰਬੰਧ ਕਰਦੇ ਨੇ ਇੱਕ ਵਾਰੀ ਪੌਂਟਾ ਸਾਹਿਬ ਇੱਕ ਵਾਰੀ ਹੀ ਗੁਰੂ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਬੈਠੇ ਹੋਏ ਸੀ ਤੇ ਸਿੰਘ ਅਜਿਹੇ ਬੈਠੇ ਹੋਏ ਇੱਕ ਬਹੁਤ ਸੋਹਣੀ ਪੱਗਬੰਦੀ ਵੀ ਜਿੱਦਾਂ ਤੁਹਾਡੇ ਕਈਆਂ ਨੇ ਬਹੁਤ ਸੋਹਣੀਆਂ ਪੱਗਾਂ ਬੰਨੀਆਂ ਹਨ ਉਹ ਸਿੱਖ ਆਇਆ ਨੌਜਵਾਨ ਬੱਚਾ ਤੁਹਾਡੇ ਵਰਗਾ ਬੱਚਾ ਸੀ ਤੇ ਗੁਰੂ ਪਾਤਸ਼ਾਹ ਨੇ ਜਦੋਂ ਉਹਨੇ ਆਪਣੇ ਮੱਥਾ ਟੇਕਿਆ ਗੁਰੂ ਪਾਤਸ਼ਾਹ ਨੇ ਬਾਂਹ ਤੇ ਫੜ ਲਿਆ ਬਾਂਹ ਤੇ ਫੜ ਕੇ ਬੜਾ ਪਿਆਰ ਨਾਲ ਪਰੋਸਿਆ ਤੇ ਆਪਣੇ ਨਾਲ ਤਖ਼ਤ ਤੇ ਹੀ ਬਿਠਾ ਲਿਆ ਉਹ ਬੜਾ ਹੈਰਾਨ ਹੋਇਆ ਔਰ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਗੋਦੀ 'ਚ ਬਿਠਾ ਲਿਆ ਉਸ ਬੰਦਾ ਕਿੰਨਾ ਖੁਸ਼ਕਿਸਮਤ ਹੋਏਗਾ ਤੇ ਕਿੰਨਾ ਉਹ ਖੁਸ਼ ਹੋਏਗਾ ਤੇ ਪੁੱਛਣ ਲੱਗਾ ਸੱਚੇ ਪਾਤਸ਼ਾਹ ਅੱਜ ਤੁਸੀਂ ਮੇਰੇ ਤੇ ਅੱਡੀ ਬਖਸ਼ਿਸ਼ ਕਿਉਂ ਕਰ ਰਹੇ ਹੋ ਅੱਜ ਕਿਸ ਗੱਲ ਤੇ ਤੁਸੀਂ ਪ੍ਰਸੰਨ ਹੋਏ ਕਿ ਮੇਰੇ ਤੇ ਰਹਿਮ ਕੀਤੀ ਮੈਂ ਗੋਦੀ 'ਚ ਬਿਠਾ ਲਿਆ ਸੱਚੇ ਪਾਤਸ਼ਾਹ ਕਹਿਣ ਲੱਗੇ ਬੇਟੇ ਤੈ ਅੱਜ ਦਸਤਾਰ ਬੜੀ ਸੋਹਣੀ ਸਜਾਈ ਕਿਆ ਕਿਹਾ ਗੁਰੂ ਮਹਾਰਾਜ ਨੇ ਵੀ ਦਸਤਾਰ ਬਹੁਤ ਸੋਹਣੀ ਬੰਨੀ ਹੈ ਤੇ ਉਹ ਹੈਰਾਨ ਹੋ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਕੇਵਲ ਇਸੇ ਗੱਲ ਤੇ ਇਹ ਤਾਂ ਜੇ ਕਿਤੇ ਮੈਂ ਤਾਜ਼ੀ ਬੰਨ ਕੇ ਆਉਣਾ ਨਾ ਫਿਰ ਤੁਸੀਂ ਦੇਖ ਰਹੇ 7 ਦਿਨ ਹੋ ਗਏ ਬੰਨੀ ਨੂੰ ਅਜੇ ਤੇ ਗੁਰੂ ਮਹਾਰਾਜ ਕਹਿਣ ਲੱਗੇ ਚੱਲ ਤੇ ਤੂੰ ਸਜ਼ਾ ਲਾਈ ਗਈ ਲੰਗਰ ਦੇ ਵਿੱਚ ਜਾ ਕੇ ਝੂਠੇ ਭਾਂਡੇ ਮਾਂ ਜਾਂਦੇ ਨੇ ਤੇ ਲੰਗਰ ਉੱਧਰ ਜਾ ਕੇ ਜੋੜਿਆ ਦੀ ਸੇਵਾ ਕਰੀ ਕਿਉਂਕਿ ਜਿਹੜਾ ਇੰਨਾ ਢਿੱਲੜ ਸਿੱਖ ਹੈ ਬਈ ਆਪਣੀ ਦਸਤਾਰ ਨੂੰ ਟੋਪੀ ਵਾਂਗ ਰੱਖ ਕੇ 7 ਦਿਨ ਬੀਤ ਗਏ ਅਜੇ ਤੱਕ ਤੇ ਪੱਗ ਖੋਲ ਕੇ ਬੰਨੀ ਹੋਈ ਨਹੀਂ ਮੇਰੇ ਸਿੱਖ ਨੇ ਚੁਣ ਚੁਣ ਕੇ ਪੱਗ ਨਿਸ਼ਾਨਾ ਬੰਨੀ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਰਾਜ਼ ਹੋ ਜਾਂਦੇ ਬੇਟੇ ਜੇ ਤੁਸੀਂ ਕਿਤੇ ਪੱਗ ਪਾਵੇ ਵਾਲੀ ਜਾਂ ਟੋਪੀ ਢਾਟ ਬੰਨ ਲਈ ਇਸ ਲਈ ਦਸਤਾਰ ਜਿਹੜੀ ਹੈ ਨਾ ਸਿੱਖ ਨੇ ਉਹ ਰੋਜ਼ਾਨਾ ਬੰਨਣ ਦੀ ਕੋਸ਼ਿਸ਼ ਕਰਨੀ ਹੈ ਮੈਂ ਤੁਹਾਨੂੰ ਇੱਕ ਇਹ ਗੱਲ ਵੀ ਸੁਣਾ ਦਵਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਨੰਦ ਸਿੰਘ ਭਾਈ ਮਨ ਲਾਲ ਜੀ ਨੇ ਗੱਲ ਪੁੱਛੀ ਹੈ ਸਿੱਖ ਦਾ ਬੇਟਾ ਹੋਏ ਘਰ ਮੋਨਾ ਹੋਏ ਜਾਏ ਜਿਸ ਕੀ ਜੜ ਸੁੱਕੀ ਵੀ ਉਸ ਘਰ ਦੇ ਵਿੱਚੋਂ ਸਿੱਖੀ ਸੁੱਕ ਜਾਂਦੀ ਪਰ ਸਿੱਖ ਹੋਏ ਘਰ ਮੋਨਾ ਹੋਏ ਜਾਏ ਜਿੱਦਾਂ ਬੱਚਾ ਬੜੇ ਪਿਆਰ ਨਾਲ ਬੈਠਾ ਕੱਲ੍ਹ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਇੱਕ ਇਸਾ ਧਾਰੇ ਹੋ ਜਾਵੇ ਤੇ ਗੁਰੂ ਪਾਤਸ਼ਾਹ ਕਿੰਨੇ ਖੁਸ਼ ਹੁੰਦੇ ਹੈ ਫਿਰ ਕਹਿੰਦੇ ਨੇ ਜਿਸ ਕੀ ਜੜ ਹਰੀ ਬਈ ਇਹਨੇ ਤੇ ਬਖਸ਼ਾਂ ਹੀ ਬਖਸ਼ਾਂ ਜਿਹੜਾ ਤੇਰਾ ਸਿੱਖ ਸਾਧੂ ਸੂਰਤ ਰਹੇਗਾ ਕੇਸ ਸਾਧੂ ਸੂਰਤ ਰੱਖੇਗਾ ਉਹਦੇ ਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਾਂ ਅਕਾਲ ਪੁਰਖ ਦੀਆਂ ਬਖਸ਼ਾਂ ਹੋਣਗੀਆਂ ਤੇ ਜੇ ਸਿੱਖ ਕਿਤੇ ਕੇਸ ਬਣਾ ਦੇਵੇ ਤਾਂ ਭਾਈ ਨੰਦ ਲਾਲ ਜੀ ਕਹਿੰਦੇ ਉਹਦੀ ਜੜ ਸੁੱਕ ਗਈ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਮਹਾਰਾਜਾ ਦਲੀਪ ਸਿੰਘ ਦਾ ਨਾਮ ਸੁਣਿਆ ਨਾ ਤੁਸੀਂ ਅੰਗਰੇਜ਼ਾਂ ਨੇ 8 ਮਾਰਚ 1853 ਨੂੰ ਰਾਜ ਭਾਗ ਤੇ ਕਬਜ਼ਾ ਕਰਨ ਤੋਂ ਬਾਅਦ 8 ਮਾਰਚ 1853 ਕਿਹੜਾ ਸਨ ਹੈ 8 ਮਾਰਚ 1853 ਨੂੰ ਉਹਨੂੰ ਈਸਾਈ ਬਣਾ ਦਿਆ ਪਰ ਅੰਗਰੇਜ਼ ਸ਼ਰਾਰਤੀ ਬਹੁਤ ਸੀ ਕਿਤੇ ਸਿੱਖ ਭੜਕਣਾ ਪੈ ਉਹਨਾਂ ਨੇ ਕੇਸ ਵੀ ਕੱਟੇ ਸਮਾਂ ਬੀਤਦਾ ਬੀਤਦਾ 1 ਸਾਲ ਗੁਰਤੀ ਦਿੰਦੇ ਰਹੇ ਸਿੱਖੀ ਦੇ ਵਿਰੋਧੀ ਆਪਣੇ ਮਤ ਦੀ ਕੇਸਾਂ ਦੇ ਨੁਕਸਾਨ ਕਿਉਂਕਿ ਨਾਬਾਲਗ ਸੀ ਬੱਚਾ ਸੀ ਜਿੱਦਣ ਦਲੀਪ ਸਿੰਘ ਦੇ ਕੇਸ ਕੱਟੇ ਨਾ ਉੱਦਣ ਜਿਹੜੀ ਈਸਾਈ ਪ੍ਰਚਾਰ ਉਹਦੇ ਨਾਲ ਲਾਈ ਹੋਈ ਸੀ ਉਹਨੇ ਲਾਲ ਲਹੋਜੀ ਨੂੰ ਚਿੱਠੀ ਲਿਖੀ ਕਿ ਅੱਜ ਦਲੀਪ ਸਿੰਘ ਦੇ ਕੇਸ ਕੱਟ ਕੇ ਉਹਦਾ ਨਾਤਾ ਗੁਰਬੰਧ ਨਾਲੋਂ ਤੋੜ ਦਿੱਤਾ ਗਿਆ ਬੱਚੇ ਜਿੱਦਣ ਅਸੀਂ ਜਿੱਦਣ ਸਿੱਖ ਜਿਹੜਾ ਹੈ ਆਪਣੇ ਕੇਸਾਂ ਦੀ ਬੇਦਬੀ ਕਰ ਦਿੰਦਾ ਨਾ
ਉਹਦਾ ਗੁਰੂ ਨਾਨਕ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲੋਂ ਨਾਤਾ ਟੁੱਟ ਜਾਂਦਾ ਹੈ। ਅਤੇ ਜਿੱਥੇ ਬੱਚਿਓ ਅਸੀਂ ਕੇਸ਼ਾਧਾਰੀ ਰਹਿਣਾ ਹੈ ਨਾ, ਉੱਥੇ ਇਹ ਗੱਲ ਵੀ ਯਾਦ ਰੱਖਣੀ ਕਿ ਕੇਸ਼ਾਧਾਰੀ ਬਣ ਕੇ ਦਸਤਾਰ ਸਜਾ ਕੇ ਦੁਮਾਲਾ ਸਜਾ ਕੇ ਕਿਤੇ ਐਸਾ ਨਾ ਹੋਵੇ ਕਿ ਸਾਡੀ ਜੀਵਨ ਯੁਗ ਜਿਹੜੀ ਹੈ ਨਾ, ਇੱਕ ਤਾਂ ਉਹ ਸਿੱਖਾਂ ਵਾਲੀ ਆ। ਹੁਣ ਮੈਂ ਦੇਖਿਆ ਮੁੰਡਿਆਂ ਨੂੰ ਸ਼ੌਂਕ ਬੜਾ ਪੈ ਗਿਆ, ਮੁਬਾਰਕ ਹੈ ਵੀ ਸਾਰੇ ਦਸਤਾਰਾਂ ਸਜਾ ਰਹੇ ਨੇ, ਬਾਹਰ ਜਦੋਂ ਹੱਥ ਦੇਖੀਦੇ ਨੇ ਉਹਨਾਂ ਮੌਲੀਆਂ ਵਧੀਆ। ਇਹ ਪਹਿਲੀ ਨਿਸ਼ਾਨੀ ਹੈ ਵੀ ਸਿੱਖ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਤਾਂ ਹੈ ਜੇ ਸਿੱਖ ਦੇ ਹੱਥ ਵਿੱਚ ਕੜਾ ਸਰਬੋਹ ਦਾ, ਜੇ ਸੋਨੇ ਦਾ ਹੈ ਨਾ ਤਾਂ ਉਹ ਸੋਨੇ ਦਾ ਹੀ ਸਿੱਖ ਹੈ, ਜੇ ਤਾਂਬਾ ਹੈ ਤਾਂ ਕਿਸੇ ਗਹਿਮੀ ਭਰਮੀ ਹੱਡੀ ਦਾ ਸਿੱਖ ਹੈ, ਜੇ 786 ਨੰਬਰ ਆ ਬੰਦ ਜਿਹੜੀ ਬਾਕੀ ਹੋ ਸਕੇ ਮੁੰਡੇ ਉਹ ਜੇ 786 ਨਹੀਂ ਗਿਆ ਹੁੰਦਾ ਫਿਰ ਪਤਾ ਲੱਗਦਾ ਨਾ ਵੀ ਕਿਸੇ ਕੰਮ ਦਾ ਪੁਜਾਰੀ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਹੀਂ ਬਣਿਆ। ਅਤੇ ਜੇ ਇੱਥੇ ਕਾਲਾ ਧਾਗਾ ਬੰਨਿਆ ਵਾ ਫਿਰ ਵੀ ਸਮਝੋ ਕਿਸੇ ਕਰਮਕਾਂਡੀ ਦਾ ਸਿੱਖ ਹੈ। ਬੱਚੇ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣਨਾ ਨਾ ਤਾਂ ਫਿਰ ਸਰਬਲੋਕ ਦੀ ਰੱਖਿਆ ਆਪਣੇ ਵੀ ਸਰਬਲੋਕ ਨੇ ਸ਼ਸਤਰ ਪਹਿਨੇ ਨੇ, ਇਹ ਕੜਾ ਸਰਬਲੋਕ ਦਾ ਚਾਹੀਦਾ ਹੈ, ਕੋਈ ਪਲਾਸਟਿਕ ਦਾ ਨਾ ਹੋਵੇ, ਕੋਈ ਜਿਹੜਾ ਹੈ ਇਹ ਗਜਰਾ ਪਾਇਪ ਨਾ ਹੋਵੇ, ਕੋਈ ਕੱਟ ਜੇ ਵਾਲਾ ਜਿੱਦਾਂ ਦੀਆਂ ਹੁੰਦੀਆਂ ਨਾ ਗਰਾਰੀਆਂ ਜਿਹੜੀਆਂ ਇਹਦੇ 'ਤੇ ਚੈਨ ਚੱਲਦੀ ਹੈ ਸਾਈਕਲ ਦੀ ਕੱਢਿਆ ਵਾਲੀਆਂ, ਕਈ ਮੁੰਡਿਆਂ ਨੇ ਉਦਾਂ ਦੇ ਪਾਏ ਲੜਾਈ ਵਾਲ ਕਿਰਪਾਨ ਵੀ ਸਾਡੇ ਮੁੰਡਿਆਂ ਨੇ ਛੱਡ ਦਿੱਤੀ, ਗਾਤਰੇ ਵਾਲੀ ਕਿਰਪਾਨ ਹੈ ਅਸਲੀ ਕਿਰਪਾਨ, ਇਹ ਬੜੀ ਭਾਰੀ ਚਾਲ ਚੱਲੀ ਕਿ ਸਾਡੇ ਕੋਲੋਂ ਗੱਲਾਂ ਖੋ ਕੇ ਉਹਦੀ ਜਗ੍ਹਾ ਇੱਕ ਡੋਰੀ ਬੰਨ੍ਹ ਦਿੱਤੀ, ਡੋਰੀ ਦੇ ਨਾਲ ਛੋਟੀ ਕਿਰਪਾਨ ਆ ਗਈ ਪੈਂਦੀ, ਉਹ ਛੋਟੀ ਕਿਰਪਾਨ ਜਿਹੜੀ ਹੈ ਨਾ ਅੱਜ ਹੈ ਨਹੀਂ ਸਕਦੀ, ਕੱਲ੍ਹ ਉਹ ਜੰਜੂ ਹੀ ਸਾਡੇ ਗਲੇ 'ਚ ਰਹਿ ਜਾਂਦਾ ਜਿੱਦਾਂ ਮੁੰਡਾ ਜੰਜੂ ਪਾਉਂਦੇ ਨੇ, ਕਿਸੇ ਸਿੱਖ ਨੇ ਡੋਰੀ ਵਾਲੀ ਕਿਰਪਾਨ ਨਹੀਂ ਪੈਂਦੀ। ਇਹਦੇ ਵੀ ਘੱਟ ਗਿਆ ਕੰਮ, ਅੱਗੇ ਕੰਧੇ ਨਾਲ ਛੋਟੀ ਜਿਹੀ ਕਿਰਪਾਨ ਹੁੰਦੀ ਸੀ, ਹੁਣ ਕੰਧਾ ਵੀ ਚੱਕ ਕੇ ਛੋਟਾ ਜਿਹਾ ਗਲ ਵਿੱਚ ਪਾ ਲਿਆ, ਉਹਦੇ ਨਾਲ ਹੀ ਉੱਚੀ ਜਿਹੀ ਇੱਕ ਸੂਤਰ ਵੀ ਆਉਣੀ, ਉਹ ਕਿਰਪਾਨ ਉੱਤੇ ਗੱਡੀ ਵੀ ਹੈ ਨਾ ਪਤਾ ਕਿਤੇ ਐਸਾ ਭਾਣਾ ਵਾਪਰ ਜਾਵੇ, ਛੋਟਾ ਜਿਹਾ ਗਜ਼ਹਿਰਾ ਵਰਤੇ ਵੀ ਗਜ਼ਹਿਰਾ ਵੀ ਬਣਾ ਕੇ ਗਲੇ ਵਿੱਚ ਪਾ ਕੇ ਘੁੰਮਣ ਸਿੱਖ ਜਿੱਦਾਂ ਘੱਟਦਾ ਜਾ ਕੇ ਆਏ ਕੰਮ। ਬੱਚੇ ਉਹ ਗਜ਼ਹਿਰਾ ਵੀ ਪਹਿਨਣਾ ਹੈ ਅਤੇ ਉਸ ਤੋਂ ਬਾਅਦ ਕਿਰਪਾਨ ਵੀ ਪਹਿਨਣੀ, ਪਰ ਇਹ ਨਿਸ਼ਾਨੀਆਂ ਸਿੱਖੀ ਦੀਆਂ ਪਾ ਕੇ ਕਿਤੇ ਭੁਲੇਖੇ ਦਾ ਸ਼ਿਕਾਰ ਨਾ ਹੋ ਜਾਓ, ਅਸੀਂ ਸਿੱਖ ਬਣ ਗਏ, ਇਹ ਤਾਂ ਵਰਦੀ ਹੈ ਧੋਣੀ, ਜਿੱਦਾਂ ਤੁਸੀਂ ਇੱਥੇ ਆਏ ਜੇ ਵਰਦੀ ਪਾ ਲਈ ਅਤੇ ਇੱਥੇ ਜੇ ਅਸੂਲ ਨਹੀਂ ਨਾ ਬੰਦੇ ਜੋ ਇਹਨਾਂ ਨੇ ਕੈਪਟਨ ਸ਼ਾਸਨ ਬਣਾਇਆ ਅਤੇ ਤੁਸੀਂ ਸਾਡੇ ਕੋਲ ਰਹਿਣ ਦੇ ਹੱਕਦਾਰ, ਇੱਦਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਦਾ ਚਿਹਰਾ। ਜਦੋਂ ਪੁੱਛਿਆ ਸੀ ਭਾਈ ਅਨੰਦਲਾਲ ਜੀ ਨੇ ਗੁਰੂ ਪਾਤਸ਼ਾਹ ਸਾਰੇ ਸਿੱਖ ਕਹਿੰਦੇ ਨੇ ਰਹਿਣੀ ਰਹਿਤ ਪੱਕੀ ਹੋਣੀ ਚਾਹੀਦੀ ਪਰ ਸਭ ਤੋਂ ਪਹਿਲੀ ਰਹਿਤ ਦੱਸ ਦਿਓ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਸੀ ਪ੍ਰਥਮ ਰਹਿਤ ਜੇ ਜਾਣ ਵੰਡੇ ਕੀ ਪਾਹੁਲ ਸਕੇ ਸੋਈ ਸਿੱਖ ਪ੍ਰਧਾਨ ਅਵਰ ਨਾ ਪਾਹੁਲ ਜੋ ਲੈ। ਵੀ ਅੰਮ੍ਰਿਤ ਛੱਕ ਕੇ ਵੀ ਮੈਂ ਚਾਰ ਗੱਲਾਂ ਦਾ ਬਚਣਾ ਹੈ, ਅੰਮ੍ਰਿਤ ਏਦਾਂ ਨਹੀਂ ਟੁੱਟਦਾ, ਆ ਸਾਡੇ ਨਿਆਣੇ ਐਵੇਂ ਚਲੀ ਜਾਂਦੇ, ਸਾਡੇ ਬਜ਼ੁਰਗਾਂ ਨੇ ਡਰਾਤੇ, ਉਹ ਸਿੱਖੀ ਬੜੀ ਔਖੀ ਹੈ ਜੀ, ਸਿੱਖੀ ਦਾ ਸਰ ਨਹੀਂ ਸਕਦਾ। ਗੱਲ ਕੀ ਹੈ, ਚਾਰ ਗੱਲਾਂ ਹੈ ਜਿਹਨਾਂ ਤੋਂ ਬਚਣਾ ਹੈ ਤੁਸੀਂ, ਬੋਲੋ ਮੇਰੇ ਪਿੱਛੇ ਪਿੱਛੇ ਉਹ ਕਿਹੜੀਆਂ ਚਾਰ ਗੱਲਾਂ ਜਿਹਦੇ ਨਾਲ ਅੰਮ੍ਰਿਤ ਤੋਂ ਵਾਂਝੇ ਹੋ ਜਾਈਦਾ ਅਸੀਂ, ਅੰਮ੍ਰਿਤ ਨਹੀਂ ਟੁੱਟਦਾ ਕਦੇ ਵੀ, ਅਸੀਂ ਟੁੱਟ ਜਾਈਦਾ ਅੰਮ੍ਰਿਤ ਨਾਲ, ਅੰਮ੍ਰਿਤ ਤਾਂ ਉਹਨੇ ਅੰਮ੍ਰਿਤ ਕਰਨਾ ਹੈ, ਅੰਮ੍ਰਿਤ ਦੀ ਤਾਂ ਮਹਿਮੀ ਬਣੀ ਮਹਿਮਾ ਬਣੀ ਲਿਖੀ ਹੈ। ਤਾਂ ਬੱਚੇ ਉਹ ਬੋਲੋ ਪੀਏ ਤੰਬਾਕੂ ਪੁੱਠਾ ਖਾਏ, ਗੱਲ ਕੇ ਬੋਲੋ ਪੀਏ ਤੰਬਾਕੂ ਪੁੱਠਾ ਖਾਏ, ਵਰਤਣ ਹੋ ਕੇ ਕੇਸ਼ ਬਣਾਏ, ਇਹ ਪ੍ਰਣਤਾ ਮੜੀਆਂ ਚਾਰ ਕਰ ਬੈਠੇ ਸੋ ਹੋਵੇ ਗੁਆ, ਪੀਏ ਤੰਬਾਕੂ ਤੰਬਾਕੂ ਤੇ ਤੰਬਾਕੂ ਤੋਂ ਬਣੀਆਂ ਚੀਜ਼ਾਂ ਹਰ ਕਿਸਮ ਦਾ ਨਸ਼ਾ। ਆ ਬਾਬਾ ਬੰਦਾ ਸਿੰਘ ਬਹਾਦਰ ਦੇ ਵਰਸੇ ਤੋਂ ਘਰੇ ਅਪਣਾਈ ਜਾ ਰਹੀ ਨਾ ਸ਼ਹੀਦ ਜੀ ਦੇ ਆਲਾ 100 ਸਾਲ ਦਾ, ਰਾਤੀ ਮੈਂ ਬੋਲਦੇ ਹੋਏ ਦੱਸਿਆ ਸੀ ਕਿ ਬਾਬਾ ਜੀ ਨੇ ਪਾਬੰਦੀ ਲਾ ਦਿੱਤੀ ਸੀ ਵੀ ਸਿੱਖ ਫੌਜਾਂ ਨੇ ਔਰ ਹਰ ਸਿੱਖ ਨੇ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ, ਪਾਨ ਕੋਪੀ ਡੋਡੇ ਊਟ ਪਟਾਂਗ ਚੀਜ਼ਾਂ, ਸਾਡਾ ਕਿਰਦਾਰ ਵੀ ਕਾਇਮ ਰਹਿਣਾ ਚਾਹੀਦਾ, ਕਿਉਂਕਿ ਦਸਤਾਰ ਬਾਰੇ ਵੀ ਮੈਂ ਤੁਹਾਨੂੰ ਦੱਸਿਆ, ਕੇਸਾਂ ਬਾਰੇ ਵੀ ਦੱਸਿਆ, ਪੰਜ ਕਿਰਦਾਰਾਂ ਦੀ ਗੱਲ ਵੀ ਕੀਤੀ, ਹੁਣ ਥੋੜ੍ਹਾ ਕਿਰਦਾਰ ਵੱਲ ਆ ਜਾਈਏ, ਕਿਰਦਾਰ ਦੇ ਵਿੱਚ ਵੱਡੀ ਲੈ ਕੇ ਨਿਆਏ ਨਾ ਕਰੀਏ, ਦੋ ਨੰਬਰ ਦੀ ਕਮਾਈ ਨਹੀਂ ਖਾਣੀ। ਗੁਰੂ ਨਾਨਕ ਪਾਤਸ਼ਾਹ ਨੇ ਭਾਵੇਂ ਚੋਰੀ ਕਰੋ, ਭਾਵੇਂ ਪਰਾਇਆ ਹੱਥ ਖਾਓ, ਭਾਵੇਂ ਡਾਕਾ ਮਾਰੋ ਅਤੇ ਭਾਵੇਂ ਕਿਸੇ 'ਤੇ ਵੱਢੀ ਲਓ, ਭਾਵੇਂ ਕਿਸੇ ਰੂਪ ਦੇ ਵਿੱਚ ਡਿਊਟੀ ਨਾ ਕਰੋ, ਮੁਗਲ ਦੀ ਤਨਖਾਹ ਖਾਈ ਜਾਓ, ਇਹ ਰਾਮ ਦੀ ਕਮਾਈ ਗਿਆ ਹੱਕ ਪਰਾਇਆ ਨਾਨਕਾ
ਉਸ ਸੂਰਸ ਗਾਏ ਗੁਰਬੀਰ ਰਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬਈ ਇਹ ਮੁਰਦਾਰ ਨਹੀਂ ਖਾਣਾ ਮੇਰੇ ਸਿੱਖ ਨੇ, ਭਾਵ ਮੁਰਦਾਰ ਤੋਂ ਵੀ ਅੱਗੇ ਜੱਟ ਕੇ ਗੁਰੂ ਮਹਾਰਾਜ ਜੀ ਨੂੰ ਵਿਸ਼ਟਾ ਵਾਲੇ ਕਮਾਈ ਗਿਆ। ਵਿਸ਼ਟਾ ਸਮਝਦੇ ਨਾ ਕੀ, ਲੈਟਰਿਨ ਵਾਲੀ, ਲਵੈਟਰੀਆਂ ਦੇ ਵਿੱਚ ਆਉਂਦੇ ਆ ਨਾ, ਜੇ ਕੋਈ ਲਵੈਟਰੀ ਦੇ ਵਿੱਚ ਕੋਈ ਮੂੰਗਫਲੀ ਦਾ ਦਾਣਾ ਡਿੱਗਿਆ ਹੋਵੇ, ਮੈਂ ਕਹਿੰਦਾ ਬਦਾਮ ਵੀ ਡਿੱਗਿਆ ਹੋਵੇ, ਕੋਈ ਚੱਕ ਕੇ ਖਾਏਗਾ? ਸੱਚੇ ਪਾਤਸ਼ਾਹ ਨੇ ਪਾਵਨ ਬਾਣੀ 'ਚ ਗੱਲ ਕਹਿ ਦਿੱਤੀ ਸੀ, ਪਟਵਾਰੀ ਦਾ ਉਦਾਹਰਣ ਦੇ ਕੇ, ਹਰ ਕੇ ਲੋਕਾ ਮੋਤੋ ਨਿੰਦ ਦੱਸੈ ਪਟਵਾਰੀ, ਉੱਪਰ ਪੂਜਾ ਕਰ ਗੁਰਪੈ ਪੁਕਾਰਿਆ ਤਿੰਨੋ ਲੀਆ ਉਭਾਰੀ। ਅਗਲੀਆਂ ਤੁਕਾਂ ਦੇ ਵਿੱਚ ਬਾਬਾ ਕਬੀਰ ਜੀ ਨੇ ਲਿਖਿਆ ਹੈ ਕਿ ਡੋਰੀ ਡੂਰੀ ਮਾਪੇ ਨਾਲੇ ਉਹ ਵਿਸ਼ਟਾ ਲਾ ਲਈ, ਇਹ ਵਿਸ਼ਟਾ ਵਾਲੀ ਕਮਾਈ ਹੈ। ਦੋਨੋਂ ਆ ਜਿਹੜਾ ਚੋਰੀ ਕਰਕੇ ਕੋਈ ਰੋਟੀ ਲੈ ਕੇ ਆਇਆ ਹੋਵੇ, ਕੋਈ ਚੂਰੀ ਲੈ ਕੇ ਆਇਆ ਹੋਵੇ, ਕੋਈ ਘਰ ਤੋਂ ਬਾਹਰ ਤੁਹਾਨੂੰ ਦਿੱਤਾ ਹੋਵੇ ਕੁਛ ਅਤੇ ਖਾ ਜਾਵੇ ਦੂਜਾ, ਸੱਚੇ ਪਾਤਸ਼ਾਹ ਕਹਿੰਦੇ ਗੰਦ ਖਾਧਾ ਹੈ, ਇਹ ਗੰਦਗੀ ਖਾਧੀ, ਕਿੱਡਾ ਕਿਰਦਾਰ ਸਿੱਖਾਂ ਦਾ ਬਣ ਗਿਆ ਸੀ। ਇਹ ਵੱਡੀ ਲੈ ਕੇ ਨਿਆਂ ਨਾ ਕਰੀਏ, ਝੂਠੀ ਸ਼ੱਖਾਂ ਮੂਲ ਨਾ ਭਰੀਏ, ਨਾ ਵੱਡੀ ਦੀ ਦੋ ਨੰਬਰ ਦੀ ਕਮਾਈ ਨਹੀਂ ਖਾਣੀ। ਇਹ ਸਾਡੇ ਕਿਰਦਾਰ ਦਾ ਇੱਕ ਅੰਗ ਹੈ, ਸਾਡੇ ਕਿਰਦਾਰ ਦਾ ਇੱਕ ਹਿੱਸਾ ਹੈ। ਬੱਚੇ ਜਿੱਥੇ ਇਹ ਰਹਿਣਾ ਨਾ, ਤੰਬਾਕੂ ਨਹੀਂ ਵਰਤਣਾ, ਪੁੱਠਾ ਨਹੀਂ ਖਾਣਾ। ਮੁਸਲਮਾਨ ਨੇ ਢੰਗ ਨਾਲ ਤਿਆਰ ਕੀਤਾ ਹੋਇਆ ਜਿਹੜਾ ਮਾਸ ਸੀ ਉਸ ਵੇਲੇ, ਉਹ ਜ਼ਬਰਦਸਤੀ ਗਲਾਇਆ ਜਾਂਦਾ ਸੀ। ਸੱਚੇ ਪਾਤਸ਼ਾਹ ਨੇ ਪੁੱਠੇ 'ਤੇ ਪਾਬੰਦੀ ਲਾ, ਮੈਂ ਪੁੱਠੇ ਤੱਕ ਸੀਮਤ ਰਹਿਣਾ, ਅਕਾਲ ਤਖ਼ਤ ਦੀ ਪ੍ਰਜਾ ਦਾ ਪੁੱਠੇ ਦਾ ਜ਼ਿਕਰ ਹੈ। ਉਹਦੇ ਅੱਗੇ ਪਰੰਪਰਾ ਭੋਗੇ ਪਰਾਈ ਔਰਤ ਅਤੇ ਪਰਾਏ ਪੁਰਸ਼ ਦਾ ਸੰਗ ਨਹੀਂ ਕਰਨਾ ਸਿੱਖ ਸਿੱਖਣੀ ਹੈ। ਗੁਰੂ ਪਾਤਸ਼ਾਹ ਦਾ ਹੁਕਮ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਦੀਆਂ ਭੈਣਾਂ ਜਾਏ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਬਖਾਣੇ। ਬੱਚਿਓ ਇਹ ਕਿਰਦਾਰ ਸਾਡਾ ਜਿਹੜਾ ਸੀ ਨਾ, ਇੰਨਾ ਉੱਚਾ ਬਣਾਇਆ ਸੱਚੇ ਪਾਤਸ਼ਾਹ। ਇੱਕ ਵਾਰੀ ਕਹਿੰਦੇ ਅਨੰਦਪੁਰ ਦੇ ਯੁੱਧ ਦੇ ਵਿੱਚ ਹੁਸ਼ਿਆਰਪੁਰ ਦੇ ਰੰਗੜਾ ਨੂੰ ਸੋਧ ਕੇ ਆ ਰਹੇ ਸੀ ਸਿੰਘ, ਕਿਤੇ ਕੋਈ ਉਹਨਾਂ ਦੀ ਬੇਗਮ ਉਹਨਾਂ ਦੇ ਹੱਥ ਆ ਗਈ, ਪਰ ਉਹਨਾਂ ਨੇ ਸੋਚਿਆ ਬਦਲਾ ਲੈ ਕੇ ਜੋ ਸਾਡੀਆਂ ਹਿੰਦੁਸਤਾਨ ਦੀ ਧੀਆਂ ਭੈਣਾਂ ਨਾਲ ਕਰਦੇ ਨੇ ਮੁਗਲ, ਅਤੇ ਅਸੀਂ ਵੀ ਉਹ ਬਦਲਾ ਲੈ ਲਈਏ, ਇਹਨਾਂ ਦੀ ਧੀ ਭੈਣ ਦੀ ਬੇਅਦਬੀ ਕਰੀਏ। ਪਰ ਵਿੱਚੋਂ ਭਾਈ ਦਇਆ ਸਿੰਘ ਵਰਗੇ ਨੇ, ਬਾਬਾ ਅਜੀਤ ਸਿੰਘ ਜੀ ਨੇ ਅੱਗੇ ਹੋ ਕੇ ਰੋਕ ਦਿੱਤਾ, ਵੀ ਖਬਰਦਾਰ ਜੇ ਇਸ ਬੀਬੀ ਵੱਲ ਕਿਸੇ ਨੇ ਉਂਗਲ ਉਠਾਈ। ਦਸ਼ਮੇਸ਼ ਪਿਤਾ ਕੋਲ ਚੱਲੋ, ਸੱਚੇ ਪਾਤਸ਼ਾਹ ਦੇ ਕੋਲ ਗਏ, ਸਿੰਘਾਂ ਨੇ ਸਵਾਲ ਕੀਤਾ ਉਸ ਵੇਲੇ, ਉਹ ਇਤਿਹਾਸ ਨੇ ਕਿਹਾ ਹੁਣ ਸਿੰਘਨ ਬੁੱਝੇ ਗੁਰ ਖਾਣੀ ਸਗਲ ਭੁਗਵਹਿਣੀ, ਸਿੱਖ ਬਦਲਾ ਨਾ ਭੜਾ ਜਲਾਵੇ, ਗੁਰ ਸ਼ਸਤ ਕਿਉਂ ਕਰਜਾ ਡਾਲੇ, ਮਹਾਰਾਜ ਗੁਰੂ ਗ੍ਰੰਥ ਸਾਹਿਬ ਨਾ ਦੇ ਦਿੰਦੇ ਹੈ। ਜਦੋਂ ਅਸੀਂ ਐਸਾ ਸੋਚਦੇ ਹਾਂ, ਉਸ ਵੇਲੇ ਗੁਰੂ ਪਾਤਸ਼ਾਹ ਨੇ ਕੀ ਕਿਹਾ, ਸੁਣ ਸਤਿਗੁਰ ਬੋਲੇ ਤੇ ਸਵੇਰੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਧਿਆਨ ਨਾਲ ਸੁਣ ਲਓ, ਹਮ ਲੈ ਜਾਣੋ ਪੰਥੋ ਚੇਰੇ, ਵੀ ਮੈਂ ਪੰਥ ਬੁਲੰਦੀਆਂ ਤੇ ਪਜਾਉਣਾ ਚਾਹੁੰਦਾ, ਨਾਹੇ ਅਧੋਗਤੀ ਵਿਖੇ ਪਜਾਵੇ, ਜਾਂਦੇ ਕਲ ਵੱਲ ਸਗਲ ਹਟਾਵੇ, ਹਰ ਕਿਸੇ ਦੇ ਇਹਨਾਂ ਦੇ ਪਾਪਾਂ ਤੋਂ ਬਚਣਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਬਦਨਾਮ ਹੋ ਜਾਂਦੀ ਹੈ ਜਦੋਂ ਸਿੱਖ ਕਰੈਕਟਰ ਲੈਸ ਹੋ ਜਾਂਦਾ ਹੈ। ਸਰਦਾਰ ਸਰੂਪ ਸਿੰਘ ਜੀ ਨੇ ਇੱਕ ਬੜੀ ਸਵਾਲੀ ਗੱਲ ਲਿਖੀ ਹੈ ਕਿ ਪੈਰਿਸ ਦੀ ਘਟਨਾ ਹੈ, ਉਹ ਕਿਸੇ ਦੋਸਤ ਦੇ ਘਰ ਗਏ ਹੋਏ ਸੀ ਸੈਰ ਕਰਨ, ਪਾਰਕ ਵਿੱਚ ਗਏ, ਉੱਥੇ ਨੌਜਵਾਨ ਬੱਚੇ ਬੱਚੀਆਂ ਨੇ ਘੇਰ ਲਿਆ ਉਹਨਾਂ ਨੂੰ, ਆਹ ਤੁਸੀਂ ਕਿਉਂ ਸਿਰ ਤੇ ਬੰਨਦੇ ਹੋ, ਇਹ ਕੀ ਬੰਨਦੇ ਹੋ, ਕਿਉਂ ਬੰਨਦੇ ਹੋ, ਸਾਨੂੰ ਬੰਨ ਕੇ ਦੱਸੋ। ਉਹਨਾਂ ਨੇ ਦੱਸਿਆ ਕਿ ਮੈਂ ਖੁੱਲੇ ਆ ਆਪਣੇ ਨੰਗੇ ਸਿਰ ਦੀ ਰਹਿ ਸਕਦਾ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ, ਨਗਨ ਸੀਤ ਜੋ ਬਾਹਰ ਮਿਲੇ, ਨਗਨ ਸੀਤ ਜੋ ਖਾਏ, ਨਗਨ ਪ੍ਰਸ਼ਾਦ ਜੋ ਵੰਡੇ, ਤਨਖਾਹੀਆਂ ਵੱਡਾ ਕਹਾ ਹੈ। ਵੇ ਗੁਰੂ ਦਾ ਸਭ ਤੋਂ ਵੱਡਾ ਦੋਸ਼ੀ ਉਹ ਹੈ ਜੋ ਨੰਗੇ ਸਿਰ ਕੇਸਾਂ ਦੀ ਸੰਭਾਲ ਨਹੀਂ ਕਰਦਾ, ਬਾਹਰ ਘੁੰਮਦਾ ਹੈ। ਇਸ ਲਈ ਹੋਟਲ ਵਿੱਚ ਚਲੋ, ਮੈਂ ਮੰਗ ਮੰਗ ਕੇ ਤੁਹਾਨੂੰ ਦੱਸਦਾ। ਉਹ ਬੱਚੇ ਬੱਚੀਆਂ ਆਏ, ਖੁਸ਼ ਹੋਏ, ਬੜੀ ਜਾਣਕਾਰੀ ਪ੍ਰਾਪਤ ਕੀਤੀ। ਕਹਿੰਦੇ ਅਸੀਂ ਘਰ ਆਏ ਦੋਸਤ ਦੇ ਘਰ, ਦੋਸਤ ਨੂੰ ਅੱਗੇ ਕਾਰਡ ਆਇਆ ਹੋਇਆ ਸੀ ਕਿ ਅੱਜ ਵੱਡੇ ਪਾਦਰੀ, ਜਿਹੜਾ ਸਭ ਤੋਂ ਵੱਡਾ ਪਾਦਰੀ ਹੈ ਨਾ, ਜਿਵੇਂ ਸਾਡੇ ਸਿੰਘ ਸਾਹਿਬ ਹੁੰਦੇ ਨੇ, ਉਹ ਨਵਾਂ ਨਿਯੁਕਤ ਹੋਇਆ ਹੈ ਪੈਰਿਸ ਦਾ, ਅਤੇ ਅਸੀਂ ਉਹਦੇ ਸਮਾਗਮ ਵਿੱਚ ਜਾਣਾ। ਸੰਖੇਪ ਕਰ ਦੇਵਾਂ ਗੱਲ, ਧਿਆਨ ਰਿਹਾ ਨਾ, ਇਹਦੀ ਘਟਨਾ ਸੁਣਾ ਰਹੇ ਹੁੰਦੇ ਹਾਂ, ਇਹਦੀ ਘਟਨਾ ਸੁਣਾ ਰਹੇ ਹੁੰਦੇ, ਨਹੀਂ ਦੱਸਦੇ, ਹੁਣ ਤਾਂ ਤੂੰ ਧਿਆਨ ਨਾਲ ਬੈਠਾ ਨਾ, ਇਹਦੀ ਘਟਨਾ ਦੱਸੀ ਹੈ ਮੈਂ। ਹਾਂਜੀ, ਪੈਰਿਸ ਦੀ ਘਟਨਾ ਹੈ। ਸਰੂਪ ਸਿੰਘ ਜੀ ਅਲੱਗ, ਜਿਹਨਾਂ ਨੇ ਸ਼ਬਦ ਭੰਡਾਰ ਬਣਾਇਆ ਹੋਇਆ ਹੈ, ਉਹਨਾਂ ਨੇ ਕੇਸਾਂ ਦੇ ਦਸਤਾਰ ਕੇ ਉਹਨਾਂ ਨੇ ਲੇਖ ਲਿਖਿਆ। ਖੈਰ ਉੱਧਰ ਨਾ ਜਾਣਾ, ਅਤੇ ਉਹ ਕਾਰਡ ਆਇਆ, ਕਹਿੰਦੇ ਅਸੀਂ ਵੀ ਫੈਸਲਾ ਕੀਤਾ। ਇੱਕ ਬੜੀ ਉੱਚੀ ਸਟੇਜ ਲਾਈ ਹੋਈ, ਉਹਦੇ 'ਤੇ ਲਾਲ ਪਾਤਰੀ ਇਕੱਲੇ ਦੀ ਕੁਰਸੀ ਬੜੀ ਕੀਮਤ ਜਾਈ ਹੋਈ। ਕਹਿੰਦੇ ਉਹਦੇ ਅੱਗੇ ਦੇ ਨਾ ਸਾਰੇ ਈਸਾਈ ਜਿਹੜੇ ਸੀ, ਉਹ ਟੋਪੀ ਲਾ ਕੇ ਸਲਾਮ ਕਰਦੇ, ਆਪਣੀ ਆਪਣੀ ਕੁਰਸੀ 'ਤੇ ਜਾ ਕੇ ਬੈਠ ਰਹੇ। ਕੋਈ ਲੱਖ ਦਾ ਕੱਟ ਹੋਣਾ ਹੈ, ਇੰਨੀਆਂ ਕੁਰਸੀਆਂ ਲੱਗੀਆਂ ਹੋਈਆਂ।
ਕਹਿੰਦੇ ਅਸੀਂ ਵੀ ਫੈਸਲਾ ਕੀਤਾ ਕਿ ਅਸੀਂ ਦਸਤਾਰ ਲਾ ਕੇ ਗਏ, ਕੋਈ ਏਦਾਂ ਦੀ ਵਿਸਾਖੀ ਨਹੀਂ ਕਰਨੀ, ਅਸੀਂ ਜਾ ਕੇ ਫਤਿਹ ਬੁਲਾ ਲਾਂਗੇ। ਅਜੇ ਪਿੱਛੇ ਰਾਜ ਵਿੱਚ ਲੱਗੇ ਹੋਏ ਸੀ ਤੇ ਪਾਦਰੀ ਦੇ ਮਨ ਪਤਾ ਨਹੀਂ ਕੀ ਆਇਆ, ਜਿਹੜਾ ਵੱਡਾ ਲਾਡੂ ਪਾਦਰੀ ਸੀ ਸਟੇਜ ਤੋਂ ਛਾਲ ਮਾਰੀ, ਕਹਿੰਦੇ ਭੱਜਿਆ ਭੱਜਿਆ ਆਇਆ, ਸਾਨੂੰ ਦੋਨਾਂ ਨੂੰ ਆਪਣੇ ਕੁਲਾਵੇ 'ਚ ਲੈ ਗਿਆ, ਲੈ ਕੇ ਸਟੇਜ ਦੇ ਕੋਲ ਚਲਾ ਗਿਆ। ਇੱਕ ਸੱਜੇ ਪਾਸੇ ਕੁਰਸੀ ਗਾਈ, ਇੱਕ ਖੱਬੇ ਪਾਸੇ ਕੁਰਸੀ ਗਾਈ। ਜਦੋਂ ਸਮਾਗਮ ਸ਼ੁਰੂ ਹੋਇਆ ਨਾ, ਉਹ ਲਾਡ ਪਾਦਰੀ ਨੇ ਸੰਬੋਧ ਕਰਦੇ ਹੋਏ ਆਪਣੇ ਭਾਈਚਾਰੇ ਨੂੰ ਕਿਹਾ, ਤੁਸੀਂ ਹੈਰਾਨ ਹੋਏ ਹੋਵੋਗੇ ਕਿ ਦੋ ਅਨੁਭਵੀ ਕੌਣ ਨੇ ਜਿਹਨਾਂ ਦੇ ਸਿਰ ਤੇ ਕੁਛ ਹੋਰ ਹੀ ਬੰਨਿਆ ਹੋਇਆ, ਸਾਡੋ ਵੱਖਰੀਆਂ ਸ਼ਕਲਾਂ ਨੇ, ਤੇ ਉਹ ਪਾਦਰੀ ਨੂੰ ਸੁਣਾ ਰਿਹਾ ਸੀ, ਦਰਅਸਲ ਇਹ ਸਿੱਖਾਂ ਦੀ ਕੌਮ ਹੈ ਜਿਹਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਖਾਲਸੇ ਦਾ ਰੂਪ ਦਿੱਤਾ। ਮੈਂ ਇਹਨਾਂ ਦਾ ਮਾਣ ਸਨਮਾਨ ਤਾਂ ਕੀਤਾ ਹੈ, ਉਹ ਆਪਣੇ ਭਾਈਚਾਰੇ ਨੂੰ ਦੱਸ ਰਿਹਾ ਸੀ, ਮੇਰੇ ਧੀ ਜੋ ਆਈ ਪਿਛਲੇ ਸਾਲ ਬੰਬੇ ਗਏ ਹੋਏ ਸੀ, ਉਹ ਬੰਬੇ ਤੋਂ ਆਪਣੀ ਕਾਰ ਦੀ ਰਾਹੀਂ ਦਿੱਲੀ ਆ ਰਹੇ ਸੀ। ਰਸਤੇ ਦੇ ਵਿੱਚ ਉਹਨਾਂ ਨੂੰ ਡਾਕੂਆਂ ਨੇ ਘੇਰ ਲਿਆ, ਸਾਡੀ ਧੀ ਦੀ ਇੱਜ਼ਤ ਨੂੰ ਹੱਥ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਲੁੱਟ ਲਿਆ। ਇਤਨੇ ਨੂੰ ਇੱਕ ਕਾਰ ਆਈ, ਕਾਰ ਦੇ ਵਿੱਚ ਪੰਜ ਨੌਜਵਾਨ ਸੀ, ਉਹਨਾਂ ਪੰਜਾਂ ਨੇ ਹੀ ਕਿਰਪਾਨਾਂ ਪਾਈਆਂ ਹੋਈਆਂ ਸੀ ਛੋਟੀਆਂ, ਤੇ ਉਹਨਾਂ ਪੰਜਾਂ ਨੇ ਦੇਖਿਆ ਇੱਕ ਅਬਲਾ ਨੂੰ ਘੇਰਿਆ ਹੋਇਆ ਹੈ, ਤੇ ਪੰਜਾਂ ਨੇ ਆਪਣੀਆਂ ਗਾਤਰੇ ਦੀਆਂ ਕਿਰਪਾਨਾਂ ਕੱਢੀਆਂ ਤੇ ਦੁਸ਼ਟਾਂ ਦੇ ਨਾਲ ਲੜਨ ਲੱਗ ਪਏ, ਫੱਟੜ ਹੋ ਗਏ, ਲਹੂ ਲੁਹਾਣ ਹੋ ਗਏ। ਅੰਤ ਉਹਨਾਂ ਦੁਸ਼ਟਾਂ ਨੂੰ ਕੱਟਣਾ ਪਿਆ, ਸਾਡੇ ਧੀ ਜੋ ਆਈ ਉਹਨਾਂ ਤੋਂ ਛੁੱਟ ਕੇ ਗੱਡੀ 'ਚ ਛਾਲ ਮਾਰ ਕੇ ਬੈਠੇ ਤੇ ਜੰਗਲ ਵਿੱਚੋਂ ਨਿਕਲ ਆਏ। ਅੱਗੇ ਉਹ ਵੀਰਦੇ ਰਹੇ ਜਿਹੜੇ ਉਹ ਧੀ ਜੋ ਆਈ ਸੀ, ਤੇ ਜਾਣੂ ਇਹ ਬਾਅਦ ਵਿੱਚ ਲਹੂ ਲੁਹਾਣ ਹੋਏ ਆਪਣੀ ਕਾਰ 'ਚ ਬੈਠ ਕੇ ਆ ਰਹੇ ਸੀ। ਅਸੀਂ ਰੋਕਿਆ, ਧੰਨਵਾਦ ਕਰ ਦਈਏ, ਤੇ ਅਸੀਂ ਕਿਹਾ ਤੁਹਾਡਾ ਧੰਨਵਾਦ ਕਰਦੇ, ਸਾਡੀ ਇੱਜ਼ਤ ਰਹਿ ਗਈ। ਤੇ ਉਹਨਾਂ ਦਾ ਜਵਾਬ ਸੀ, ਇਹ ਧੰਨਵਾਦ ਦੀ ਕੋਈ ਗੱਲ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਡਿਊਟੀ ਲਾਈ ਹੈ ਕਿ ਜਿੱਥੇ ਕੋਈ ਲੋੜਵੰਦ ਹੋਵੇ ਉਹਦੀ ਇੱਜ਼ਤ ਪੱਤ ਦੇ ਰਾਖੇ ਖਾਲਸੇ ਨੇ ਬਣਨਾ ਹੈ। ਮੇਰੀ ਗੱਲ ਵੱਲ ਧਿਆਨ ਹੈ, ਬੱਚੇ ਪੁਰਾਣੀ ਗੱਲ ਛੱਡ ਗਈ। ਆਹ ਕੀ ਹੋਇਆ, ਜਾਟ ਅੰਦੋਲਨ ਚੱਲਿਆ ਹੋਇਆ ਸੀ ਰਾਜਸਥਾਨ ਦੀ ਧਰਤੀ ਤੇ, ਇੱਕ ਅੰਬਾਲੇ ਦੇ ਹਿੰਦੂ ਭਾਈ ਨੇ ਆਪਣੀ ਵਟਸਐਪ ਤੇ ਆਪਣੀ ਘਟਨਾ ਜਿਹੜੀ ਹੈ ਹੱਟ ਬੀਤੀ ਸੁਣਾਈ ਕਿ ਅਸੀਂ ਦਿੱਲੀ ਤੋਂ ਆ ਰਹੇ ਸੀ, ਉਹ ਪੰਜਾਬੀ ਸੀ, ਦਿੱਲੀ ਤੋਂ ਆ ਰਹੇ ਸੀ, ਦੋ ਵੱਡੀਆਂ ਧੀਆਂ, ਇੱਕ ਛੋਟੀ 15 ਸਾਲ ਦੀ, ਇੱਕ 20 ਸਾਲ ਦੀ, ਇੱਕ 22 ਸਾਲ ਦੀ, ਇੱਕ ਮੇਰੀ ਪਤਨੀ। ਕਹਿੰਦੇ ਸਾਨੂੰ ਨੀਂਦ ਆ ਗਈ, ਡਰਾਈਵਰ ਗੱਡੀ ਚਲਾ ਰਿਹਾ ਸੀ, ਕੌਣ ਕਰਦੀ ਆਵਾਜ਼ ਆਈ ਤੇ ਡਾਂਗ ਵੱਜੀ ਗੱਡੀ ਦੇ ਸ਼ੀਸ਼ੇ ਤੇ, ਅਸੀਂ ਦੇਖਿਆ ਤੇ ਉਹਨਾਂ ਨੇ ਸਾਨੂੰ ਘੜੀਸ ਕੇ ਬਾਹਰ ਸੁੱਟਿਆ ਸਾਡੀ ਗੱਡੀ ਨੂੰ, ਅੱਗ ਪਹਿਲਾਂ ਲੁੱਟ ਲਿਆ ਸਮਾਨ, ਫਿਰ ਗੱਡੀ ਨੂੰ ਅੱਗ ਲਾ ਦਿੱਤੀ, ਤੇ ਦੇਖਦਿਆਂ ਦੇਖਦਿਆਂ ਮੈਨੂੰ ਤੇ ਮੇਰੀ ਪਤਨੀ ਔਰ ਛੋਟੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਲੱਗੇ, ਫੁੱਟ ਮਾਰ ਵੀ ਕੀਤੀ, ਪਰ ਮੇਰੀਆਂ ਦੋ ਧੀਆਂ ਨੂੰ ਜੋ 20 ਤੇ 22 ਸਾਲ ਦੀ ਸੀ ਉਹ ਖਿੱਚ ਕੇ ਦੁਸ਼ ਲੈ ਗਏ, ਦੇਖਦਿਆਂ ਦੇਖਦਿਆਂ ਕੱਪੜੇ ਪਾੜ ਦਿੱਤੇ। ਪਰ ਅਜੇ ਚੇ 35 ਉਹ ਜਰਵਾਣੇ ਸੀ ਤੇ 25 ਸਿੰਘਾਂ ਦਾ ਜਥਾ ਜਿਹੜੇ ਉਸ ਇਲਾਕੇ ਦਾ ਸੀ, ਉਹ ਅਜੇ ਚੇ ਆਪਣੀਆਂ ਕਿਰਪਾਨਾਂ ਡਾਂਗਾਂ ਦੇ ਨਾਲ ਪ੍ਰਗਟ ਹੋਏ, ਜਖਾਰਾ ਛੱਡਿਆ ਤੇ ਸਾਡੀ ਧੀਆਂ ਨੂੰ ਬਚਾ ਕੇ ਲੜਦੇ ਲੁੜਦੇ ਕਿਰਪਾਨਾਂ ਚਲਾਉਂਦੇ ਹੋਏ ਉਹ 35 ਦੇ 35 ਮੁੰਡਿਆਂ ਨੂੰ ਬਿਠਾ ਦਿੱਤਾ, ਤੇ ਸਾਡੀ ਧੀ ਸਾਡੇ ਪਰਿਵਾਰ ਨੂੰ ਉਹ ਚੱਕ ਕੇ ਪਾਣੀ ਪੱਤ ਦੇ ਗੁਰਦੁਆਰੇ ਵਿੱਚ ਲੈ ਗਏ, ਪਹਿਲਾਂ ਆਪਣੀਆਂ ਪੱਗਾਂ ਪਾੜ ਕੇ ਉਹਨਾਂ ਨੇ ਤਨ ਢੱਕਣ ਦੇ ਲਈ ਕੱਪੜੇ ਨਹੀਂ ਸੀ, ਸਾਡਾ ਸਰੀਰ ਢੱਕਿਆ। ਫਿਰ ਗੁਰਦੁਆਰੇ ਵਿੱਚ ਜਾ ਕੇ ਦੇਖਿਆ 450 ਪਾਣੀ ਪੱਤ ਦੇ ਗੁਰਦੁਆਰੇ 'ਚ ਏਦਾਂ ਦੇ ਲੋੜਵੰਦ ਬੈਠੇ ਹੋਏ ਸੀ ਜਿਹਨਾਂ ਨੂੰ ਕੱਪੜੇ ਵੀ ਦਿੱਤੇ ਜਾ ਰਹੇ ਸੀ, ਜਿਹਨਾਂ ਦੀ ਪੱਤ ਵੀ ਰੱਖੀ ਜਾ ਰਹੀ ਸੀ। ਮੈਂ ਸੋਚਦਾ ਸੀ ਕਿ ਸਿੱਖ ਜਿਹੜੀਆਂ ਪੁਰਾਣੀਆਂ ਗੱਲਾਂ ਕਰਦੇ ਨੇ, ਕਿਉਂਕਿ ਉਸੇ ਸਥਾਨ 'ਤੇ ਅਸ਼ਾਹਾਬਾਦ ਮਾਰਕੰਡਾ ਦੇ ਲਾਗੇ ਬਾਬਾ ਦੀਪ ਸਿੰਘ ਜੀ ਨੇ 300 ਬੀਬੀਆਂ ਜਿਹੜੀਆਂ ਨਾਦਰ ਸ਼ਾਹ ਅਬਦਾਲੀ ਤੋਂ ਛੜ ਗਈਆਂ ਸੀ, ਅਤੇ ਉਹ ਕਹਿ ਰਿਹਾ ਸੀ ਜੋ ਸਿੱਖਾਂ ਦਾ ਇਤਿਹਾਸ ਪੜ੍ਹਿਆ ਸੀ ਉਹ ਅੱਜ ਆਪਣੀ ਅੱਖੀਂ ਦੇਖ ਲਿਆ, ਜੇ ਕਿਤੇ ਸਿੱਖ ਨਾ ਆਉਂਦੇ ਉੱਥੇ ਤਾਂ ਸਾਡੀ ਧੀ ਦਾ ਜਿਹੜਾ ਸੀ ਨਾ ਉਹ ਧੀਆਂ ਦਾ ਦੁਸ਼ਟਾਂ ਨੇ ਬੁਰਾ ਹਾਲ ਕਰ ਦਿੱਤਾ। ਬੱਚਿਓ ਇੱਦਾਂ ਦਾ ਕਰੈਕਟਰ ਜੇ ਤੁਹਾਡਾ ਹੋਵੇਗਾ ਨਾ ਸਿੱਖੀ ਆਪਣੇ ਆਪ ਵਧੇਗੀ। ਆਹ ਕਸ਼ਮੀਰ ਦੇ ਵਿੱਚ ਹੜ੍ਹ ਆਇਆ ਅਤੇ ਹੜ੍ਹ ਦੇ ਵਿੱਚ ਤੁਸੀਂ ਦੇਖਿਆ ਵੀ 5 ਲੱਖ ਪਰੌਂਠਾ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਲੋੜਵੰਦਾਂ ਦੀ ਮਦਦ ਵਾਸਤੇ ਜਾਂਦਾ ਸੀ।
ਅੱਧਾ ਕਸ਼ਮੀਰ ਵਿਚੜ ਗਿਆ। 5 ਲੱਖ ਪਰੌਂਠਾ ਵਿੱਚ ਅਚਾਰ ਪਾਇਆ, ਦੇਸੀ ਘਿਓ ਦੇ ਪਰੌਂਠੇ, ਕਹਿਣਾ ਸੌਖਾ ਇਹ 5 ਲੱਖ, 1 ਲੱਖ ਬੰਦੇ 5-5 ਪਰੌਂਠੇ ਰੋਜ਼ਾਨਾ ਭੋਜਨ ਕਰਕੇ ਦਰਬਾਰ ਸਾਹਿਬ ਤੋਂ ਵਰਤੇ ਜਾਂਦਾ ਸੀ। ਉਹ ਇੰਨੇ ਪ੍ਰਭਾਵਿਤ ਹੋਏ ਉੱਥੇ ਦੇ ਮੁਸਲਮਾਨ ਭਾਈਚਾਰੇ ਦੇ ਲੋਕ, ਇਹ ਵਾਕਿਆ ਅਸੀਂ ਗਲਤ ਸੋਚਦੇ ਹਾਂ ਸਿੱਖਾਂ ਬਾਰੇ ਜੋ ਬਿਆਨ ਦਿੱਤੇ ਤੁਸੀਂ ਪੜ੍ਹਿਓ। ਸਵਾਦਲੀ ਗੱਲ ਇਹ, ਹੜ੍ਹ ਦੇ ਵਿੱਚ ਇੱਕ 25-30 ਸਾਲ ਦੀ ਨੌਜਵਾਨ ਲੜਕੀ ਹੜ੍ਹਦੀ ਜਾ ਰਹੀ ਹੈ, ਨਾ ਮਿਲਟਰੀ ਵਾਲਿਆਂ ਨੇ ਨਾ ਪੁਲਿਸ ਵਾਲਿਆਂ ਨੇ ਕਿਸੇ ਨੇ ਹਿੰਮਤ ਨਹੀਂ ਕੀਤੀ। ਬਾਹਰ ਸਿਕਸ ਫਾਰ ਜਸਟਿਸ ਜਥੇਬੰਦੀ ਨੇ ਉਹ ਸੇਵਾ ਕਰਦੇ ਨੇ, ਤੁਸੀਂ ਟੀਵੀ ਦੇ ਉੱਤੇ ਦੇਖਦੇ ਵਟਸਐਪ 'ਤੇ, 24 ਸਾਲਾਂ ਦਾ ਨੌਜਵਾਨ ਖੜ੍ਹਾ ਸੀ। ਉਹਨੇ ਸੋਚਿਆ ਕਿ ਹੜ੍ਹਦੀ ਜਾ ਰਹੀ ਹੈ, ਮਿਲਟਰੀ ਵਾਲੇ ਪੁਲਿਸ ਵਾਲੇ ਹੋਰ ਕੋਈ ਮਦਦ ਨਹੀਂ ਕਰ ਰਿਹਾ, ਉਹਨੇ ਛਾਲ ਮਾਰ ਦਿੱਤੀ। ਕਰਨਾ ਜਾਣਦਾ ਸੀ, ਹੱਥ ਤੋਂ ਬੀਬੀ ਨੂੰ ਬਾਹਰ ਕੱਢ ਕੇ ਲਿਆਇਆ, ਦੇਖਿਆ ਉਹ ਪ੍ਰੈਗਨੈਂਟ ਸੀ, ਉਹਦੇ ਬੱਚਾ ਆਉਣੇ ਵਾਲਾ ਸੀ, ਬੱਚੇ ਚੱਲ ਕੇ ਹਸਪਤਾਲ ਪਹੁੰਚਾਈ। ਕੁਛ ਦਿਨਾਂ ਦੇ ਬਾਅਦ ਉਸ ਮੁਸਲਮਾਨ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਉਹ ਬੱਚੇ ਦੇ ਨਾਨੇ ਨੇ ਉਸ ਮੁੰਡੇ ਦਾ ਨਾਂ, ਉਸ ਬੱਚੇ ਦਾ ਨਾਂ ਸਿੰਘ ਰੱਖਿਆ। ਇਹ ਤੁਹਾਡਾ ਕਰੈਕਟਰ ਹੈ। ਉਹ ਕਹਿੰਦਾ ਜੇ ਸਿੱਖ ਮੇਰੀ ਧੀ ਦੀ ਮਦਦ ਨਾ ਕਰਦੇ, ਅੱਜ ਮੈਂ ਧੀ ਨੂੰ ਵਾਂਝਾ ਹੋ ਜਾਣਾ ਸੀ, ਅੱਜ ਦੋਹਤੇ ਦਾ ਮੂੰਹ ਨਹੀਂ ਰੱਖਣਾ ਦੇਖਣਾ ਸੀ, ਇਸ ਲਈ ਮੈਂ ਆਪਣੇ ਦੋਹਤੇ ਦਾ ਨਾਮ ਦੇ ਪਿੱਛੇ ਸਿੰਘ ਲਾ ਦਿੱਤਾ। ਬੱਚੇ ਕਰੈਕਟਰ ਦੇ ਨਾਲ ਗੱਲ ਕਰਨੀ ਹੈ। ਜੇ ਦੁਮਾਲੇ ਸਜਾਦੇ, ਹੱਥਾਂ ਨੂੰ ਮੌਲੀਆਂ ਲੱਗੀਆਂ ਹੋਈਆਂ, ਹੋਰ ਬੜਾ ਚੀਜ਼ਾਂ ਜਿਹੜੀਆਂ ਨਾ ਉਹ ਸਾਡੇ ਜੀਵਨ ਵਿੱਚ ਹੋਈਆਂ, ਕਰੈਕਟਰ ਦੇ ਪੱਕੇ ਨਾ ਹੋਏ ਤੇ ਬੱਚੇ ਉਹ ਸੱਚ ਜਾਣਿਓ ਕਿ ਫਿਰ ਜਿਹੜੀ ਹੈ ਨਾ ਗੱਲ ਉਹ ਸਿੱਖੀ ਦੀ ਬਾਤ ਨਹੀਂ ਸਕਣੀ। ਸੋ ਜੇ ਦੁਮਾਲੇ ਸਜਾਣੇ ਨੇ, ਮੁਬਾਰਕ ਤੁਹਾਨੂੰ, ਸਜਾਓ, ਸਜਾਣੇ ਚਾਹੀਦੇ ਨੇ, ਇਹਦੇ ਬਿਨਾਂ ਸਾਡੀ ਇਹ ਦਸਤਾਰਾਂ ਬਣੀਆਂ ਨੇ, ਪਰ ਦਸਤਾਰ ਦੇ ਵਿੱਚ ਸਾਡਾ ਕਰੈਕਟਰ ਉਹੀ ਹੋਵੇ ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਸਿੱਖਾਂ ਇਹ ਯਾਦੂਕੀ ਖਾਲਸਾ ਕੌਣ ਹੈ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਰਜੰਗ, ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਵਾਲੇ, ਖਾਲਸਾ ਸੋ ਜੋ ਨਿੰਦਾ ਤਿਆਗੇ, ਖਾਲਸਾ ਸੋ ਲੜੇ ਹੋਏ ਆਗੇ। ਆਪਸ ਵਿੱਚ ਨਹੀਂ ਜਿੱਦਾਂ ਸਾਡੇ ਬਾਬੇ ਲੜ ਪਏ ਤੇ ਉਹ ਵਿਚਾਰੇ ਨੂੰ ਗੋਲੀਆਂ ਮਾਰ ਦਿੱਤੀਆਂ, ਐਡਾ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਮਾਲਵੇ ਦੇ ਵਿੱਚ ਤੇ ਆਪਸ ਵਿੱਚ ਭਾਈਚਾਰਾ ਵੀ ਜੇ ਮਾਰਨਾ ਜਾਂ ਮਾਰੋ ਨਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਕੀਤੀ, ਚੈਲੇਂਜ ਕੀਤਾ, ਉੱਧਰ ਤਾਂ ਗੱਲ ਗਈ ਨਹੀਂ, ਉੱਧਰ ਨੂੰ ਗੋਲੀਆਂ ਦੇ ਮੂੰਹ ਤੋਂ ਨਹੀਂ, ਭਾਈਚਾਰਾ ਆਪਸ ਵਿੱਚ ਲੜ ਪਿਆ, ਇਹ ਬਲ ਕਿਸਮਤੀ ਹੈ। ਸੋ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਦਾ ਬਦਲੇ ਨਹੀਂ, ਆਪਸ ਵਿੱਚ ਲੜਦੇ ਰਹੋ, ਆਪਣਾ ਤਾਂ ਪਿਆਰ ਬਣਿਆ ਰਹੇ, ਦੁਨੀਆਂ ਦੇਖੇ। ਜਿੱਦਾਂ ਉਹ ਚੱਕਰੀਆ ਖਾਨ ਜੀ ਕਹਿੰਦਾ ਸੀ ਕਿ ਹੈ ਮੈਂ ਇੱਕ ਮਹਾਨ ਸਿੱਖ, ਸਿੱਖ ਪਰਿਵਾਰ ਪ੍ਰਾਣ, ਉਹ ਦੁਨੀਆਂ ਦੇ ਲੋਕੋ ਸਿੱਖਾਂ ਵਿੱਚ ਇੰਨਾ ਇਤਫਾਕ ਹੈ ਕਿ ਬਣੇ ਰਹਿਣ ਸਭ ਸਕੇ ਬਰਾਦਰ, ਬਰਾਦਰ ਮੈਨੇ ਭਰਾ, ਵੀ ਬਣੇ ਰਹਿੰਦੇ ਆ ਸਕੇ ਭਾਈਆਂ ਵਾਂ, ਇੱਕ ਦੂਸਰੇ ਕੋ ਦੇਵਤ ਆਦਰ। ਸੋ ਬੱਚਿਓ ਇਹ ਗੱਲਾਂ ਜਿਹੜੀਆਂ ਨਾ ਕੇਵਲ ਮਾਤਰ ਸਾਡੇ ਕਿਤਾਬਾਂ ਚ ਆਈਆਂ ਹੈਗਾ, ਇਹ ਜੀਵਨ ਅਸੀਂ ਜਿਉਣਾ ਹੈ ਤੇ ਜਦੋਂ ਤੱਕ ਜੀਵਨ ਨਹੀਂ ਜਿਉਂਦੇ ਉਦੋਂ ਤੱਕ ਸਾਡਾ ਪ੍ਰਭਾਵ ਜਿਹੜਾ ਹੈ ਨਾ ਉਹ ਬਣ ਨਹੀਂ ਸਕੇਗਾ। ਇੱਕ ਗੱਲਾਂ ਤੁਸੀਂ ਮੈਂ ਕਿਹਾ ਕਿ ਇੱਕ ਦੋ ਗੱਲਾਂ ਤੁਹਾਡੇ ਖੇਮਾ ਮੰਗ ਲੈਣੀ, ਕਿਉਂਕਿ ਮੇਰਾ ਧਿਆਨ ਮੀਟਿੰਗ ਵਿੱਚ ਹੈ, ਸ਼੍ਰੋਮਣੀ ਕਮੇਟੀ ਦੀ ਮੀਟਿੰਗ 11 ਵਜੇ ਸ਼ੁਰੂ ਹੋਣੀ ਹੈ ਤੇ ਸਪੈਸ਼ਲ ਵਿੱਚ ਸੱਦ ਗਿਆ ਸੀ, ਤੁਸੀਂ ਪਹੁੰਚ ਜਾਇਓ ਕਿਉਂਕਿ ਅੱਗੇ ਤਾਂ ਅਜੇ ਸਾਨੂੰ ਅਧਿਕਾਰ ਕੋਈ ਨਹੀਂ ਹੈ, ਪਰ ਇਹ ਸਪੈਸ਼ਲ ਮਸਲਾ ਆਨੰਦਪੁਰ ਸਾਹਿਬ ਦਾ, ਉਸ ਮਸਲੇ ਦੇ ਸੰਬੰਧੀ ਮੈਨੂੰ ਜਾਣਾ ਪੈਣਾ, ਨਹੀਂ ਤਾਂ ਮੈਂ ਭਾਵੇਂ ਜਿੰਨਾ ਤੁਸੀਂ ਉਦੋਂ ਕਰਦੇ ਤੁਹਾਡੇ ਨੂੰ ਅੱਗਿਆ ਰਹਿੰਦਾ। ਬੇਨਤੀ ਇਹ ਹੈ ਕਿ ਤੁਹਾਡੇ ਰੂਪ ਨੂੰ ਦੇਖ ਕੇ ਨਾ ਲੋਕ ਆਪਣੇ ਪੈਗੰਬਰਾਂ ਨਾਲ ਤੁਲਨਾ ਕਰਦੇ ਹੈ, ਇਹ ਕਹਿੰਦੇ ਵੀ ਇਹ ਤਾਂ ਸਾਡੇ ਪੈਗੰਬਰਾਂ ਨਾਲ ਮਿਲਦੀ ਹੈ ਸ਼ਕਲ। ਕੱਲ੍ਹ ਵੀ ਸਪੋਕਸਮੈਨ ਐਦਾਂ ਦੀ ਇੱਕ ਸ਼ਕਲ ਇਹ ਤਾਂ ਬਾਬੇ ਨੂੰ ਕਿਸੇ ਈਸਾਈ ਅਫਸਰ ਨੇ ਕਿਹਾ ਸੀ, ਮੈਂ ਤੇਰੇ ਦਾੜੇ ਦੇ ਵਿੱਚੋਂ ਆਪਣੇ ਸਤਿਗੁਰੂ ਦੇ ਦਰਸ਼ਨ ਕਰ ਰਿਹਾ। ਤੁਹਾਡੇ ਵਰਗਾ ਨੌਜਵਾਨ ਇੰਗਲੈਂਡ ਪੜ੍ਹਨ ਦੇ ਲਈ ਗਿਆ, ਉਹਨੇ ਜਿਸ ਮਕਾਨ ਦੇ ਵਿੱਚ ਰਹਿੰਦਾ ਬਾਹਰ ਫਰਕ ਬਣੀ ਹੋਈ ਸੀ, ਆਪਣੀਆਂ ਕਲਾਸਾਂ ਲਾ ਕੇ ਆਉਣਾ ਅਤੇ ਬਾਹਰ ਕੇਸ ਤਾਰ ਕੇ ਕੁਰਸੀ 'ਤੇ ਬਹਿ ਜਾਣਾ। ਰੋਜ਼ਾਨਾ ਇੱਕ ਸਾਹਮਣੇ ਨੌਜਵਾਨ ਲੜਕੀਆਂ ਜੋ ਉਹਦਾ ਬੱਕਲਾ ਸੀ ਉਹਦੀ ਤਾਕੀ ਖੋਲ੍ਹਣੀ ਅਤੇ ਉਹਦੇ ਬਾਅਦ ਜਦੋਂ ਤੱਕ ਬੈਠਾ ਸੀ ਦੇਖਦੇ ਰਹਿਣਾ, ਦੇਖਦੇ ਰਹਿਣਾ, ਦੇਖਦੇ ਰਹਿਣਾ। ਬੜੀ ਬੜੀ ਸੁਰੱਖੀ ਸੀ। ਇੱਕ ਦਿਨ ਉਹਦੇ ਮਨ 'ਚ ਆ ਗਿਆ ਕਿ ਮੈਡਮ ਨੂੰ ਪੁੱਛਿਆ ਜਾ ਕੇ, ਮੈਡਮ ਮੈਨੂੰ ਡਿਸਟਰਬ ਕਿਉਂ ਕਰਦੇ ਹੋ, ਕੀ ਤੁਹਾਡੀ ਖਾਹਿਸ਼ ਹੈ, ਕੀ ਚਾਹੁੰਦੇ ਹੋ? ਅਤੇ ਜਾ ਕੇ ਉੱਥੇ ਪਹੁੰਚ ਗਿਆ ਘਰ ਬੰਗਲੇ 'ਤੇ, ਉਹਦੇ ਘੰਟੀ ਵਰਗਾਈ, ਮੈਡਮ ਜਦੋਂ ਮੈਂ ਰਹਿੰਦਾ ਪੜ੍ਹਦਾ ਪਾਰਕ 'ਚ ਬਹਿ ਕੇ ਅਤੇ ਤੂੰ ਮੇਰੇ ਵੱਲ ਦੇਖਦੀ ਰਹਿੰਦੀ ਹੈ ਅਤੇ ਮੈਂ ਡਿਸਟਰਬ ਹੁੰਦਾ ਹਾਂ, ਕਿਰਪਾ ਕਰਕੇ ਦੱਸ ਕਿ ਤੇਰੇ ਮਨ ਦੇ ਵਿੱਚ ਕੀ ਸਵਾਲ ਹੈ? ਅਤੇ ਉਹਦਾ ਜਵਾਬ ਸੀ, ਐ ਸਿੱਖ ਸਰਦਾਰ, ਜਦੋਂ ਤੂੰ
ਖੁੱਲਾ ਲਾੜਾ ਛੱਡ ਕੇ ਕੇਸ ਖਿਲਾਰ ਕੇ ਪਾਰਕ ਦੇ ਵਿੱਚ ਬਹਿੰਦਾ ਹੈ ਨਾ, ਮੈਂ ਤੇਰੇ ਵਿੱਚੋਂ ਆਪਣੇ ਪ੍ਰਭੂ ਈਸਾ ਜੀ ਮਸੀਹ ਦੇ ਦਰਸ਼ਨ ਕਰਦੀ ਹਾਂ ਤੇਰੇ ਵਿੱਚੋਂ। ਸੱਚੇ ਪਾਤਸ਼ਾਹ ਦਾ ਸਰੂਪ ਆ ਰਿਹਾ, ਉਹ ਸਾਈਡ 'ਤੇ ਖੜ੍ਹਾ, ਜੋੜਾ ਲਾ ਦਿੱਤਾ
ਤੇ ਜੋੜਾ ਲਾ ਕੇ ਜਦੋਂ ਕਿ ਮੱਥਾ ਟੇਕਣੇ ਹੋਇਆ ਤੇ ਉਹਨੇ ਦੇਖਿਆ ਮੰਜੀ ਸਾਹਿਬ ਨੇ ਤਾਂ ਉਹ ਚੱਕੀ ਵੀ ਸੰਦੂਕੜੀ ਗਈ ਸ਼ੀਸ਼ਿਆਂ ਵਾਲੀ ਤੇ ਅੱਗੇ ਉਹਨੇ ਪੁੱਛਿਆ ਵੀ ਗੁਰੂ ਮਹਾਰਾਜ ਦਾ ਸਰੂਪ ਕਹਿੰਦੇ ਜੀ ਇਹ ਜੋੜਾ ਸਾਹਿਬ ਹੈ ਕਹਿੰਦੇ ਕਿ ਆ ਜੋੜਾ ਸਾਹਿਬ ਹਾਂ ਕਹਿੰਦੇ ਜੁੱਤੀ ਹੈ ਛੇਵੇਂ ਪਾਤਸ਼ਾਹ ਦੀ ਜੁੱਤੀ ਪਤਾ ਨਹੀਂ ਹੈ ਕਿ ਨਹੀਂ ਹੈ ਜੇ ਹੋਵੇ ਚੰਗੀ ਗੱਲ ਹੈ ਪਰ ਕਿੱਥੇ ਲਿਜਾ ਰਹੇ ਕਹਿੰਦੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਲਿਜਾਈਦਾ ਦੁਕਾਨ ਦਾ ਮਹੂਰਤ ਕਰਨ ਚੱਲੇ ਉੱਥੇ ਜੋੜਾ ਸਾਹਿਬ ਹੀ ਲੈ ਗਿਆ ਉੱਥੇ ਟੇਕ ਕੇ ਆ ਗਏ ਸਾਡਾ ਬੇੜਾ ਗਰਕ ਕਰ ਦਿੱਤਾ ਲੋਕਾਂ ਨੇ ਅਸੀਂ ਸ਼ਰਧਾ ਦੇ ਨਾਲ ਅੱਖਾਂ ਮਿਲ ਕੇ ਬੈਠੇ ਹੋਏ ਹਾਂ ਬੱਚਿਓ ਤੁਸੀਂ ਪੜ੍ਹੇ ਲਿਖੇ ਹੋ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਆਗਿਆ ਪਈ ਅਕਾਲ ਕੀ ਦਵੇ ਚਲਾਏ ਉਹ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਕੋਈ ਜੋੜਾ ਹੈ ਇਤਿਹਾਸ ਵਸਤੂ ਹੈ ਉਹ ਅਜਾਇਬ ਘਰ ਦੇ ਵਿੱਚ ਆਉਣੀ ਚਾਹੀਦੀ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਰਾਬਰ ਨਹੀਂ ਹੋਣੀ ਚਾਹੀਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਅੱਜ ਤੁਹਾਡੇ ਦਰਸ਼ਨ ਹੋ ਗਏ ਪਿਛਲੇ 2-2.5 ਸਾਲ ਤੋਂ ਪਹਿਲਾਂ ਤਾਂ ਹਾਰਟ ਅਟੈਕ ਹੋਇਆ ਸੀ ਅਤੇ ਮੇਰੇ ਬਾਈਪਾਸ ਸਰਜਰੀ ਹੋਈ ਫਿਰ 10 ਸਾਲ ਬਾਅਦ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਸੀ ਅਤੇ 2-2.5 ਸਾਲ ਤੋਂ ਮੈਂ ਮੰਜੇ 'ਤੇ ਹੀ ਸੀ ਸੂਬੇਦਾਰ ਸਾਹਿਬ ਸਰਦਾਰ ਹਰਿਮੰਦਰ ਸਿੰਘ ਜੀ ਸ਼ਾਇਦ ਨਾਂ ਮੈਨੂੰ ਭੁੱਲਣਾ ਗਿਆ ਗਲਤ ਨਾ ਹੋਵਾਂ ਮੱਖਣ ਸਾਹਿਬ ਉਹਨਾਂ ਦਾ ਮੈਂ ਤਹਿ ਦਿਲੋਂ ਨਾਲੇ ਚੇਅਰਮੈਨ ਸਾਹਿਬ ਦਾ ਤੁਹਾਡੇ ਸਾਰੇ ਵੀਰਾਂ ਦਾ ਇਸ ਗੱਲ ਲਈ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਯਾਦ ਕੀਤਾ ਆਹ ਬੱਚਿਆਂ ਦੇ ਪੰਜਾਬ ਦੀ ਧਰਤੀ ਤੋਂ ਜਿਹੜੇ ਸਿੱਖ ਬੱਚੇ ਬੱਚੀਆਂ ਆਏ ਨੇ ਇਹਨਾਂ ਦੇ ਦਰਸ਼ਨ ਵੀ ਕਰਾਏ ਸ਼ਾਇਦ ਉਹ ਤਾਂ ਭੋਗ ਪੈ ਜਾਂਦਾ ਜੇ ਸੰਗਤਾਂ ਅਰਦਾਸਾਂ ਨਾ ਕਰਦੀਆਂ ਪੂਰੇ 2.5 ਸਾਲ ਮੰਜੇ ਤੋਂ ਨਹੀਂ ਉੱਠ ਸਕਿਆ ਸੁਣ ਕੇ ਨੀਲਾ ਹੋ ਗਿਆ ਸੀ ਪਰਿਵਾਰ ਵੀ ਸੰਗਤਾਂ ਵੀ ਸੋਚਦੀਆਂ ਸੀ ਕਿ ਹੁਣ ਸਮਾਂ ਇਹਦਾ ਆ ਗਿਆ ਅੰਤ ਸਮਾਂ ਹੈ ਮੈਂ ਵੀ ਆਪਣਾ ਪਾਠ ਆਪ ਹੀ ਕਰ ਲਿਆ ਸੀ ਪਰ ਜਿੱਦਣ ਮੈਂ ਆਪਣਾ ਪਾਠ ਆਪ ਕਰਕੇ ਭੋਗ ਪਾਇਆ ਉਹ ਤਾਂ 8ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦੇ ਰਿਹਾ ਸੀ ਇਹ ਐਸਾ ਉਦਾਹਰਾ ਜਿਹਾ ਬੱਚਿਆਂ ਵਿੱਚ ਉਤਸਾਹ ਉਹਨਾਂ ਦੇ ਜਨਮ ਸਥਾਨ 'ਤੇ ਪ੍ਰਕਾਸ਼ ਸਥਾਨ 'ਤੇ ਜਾ ਕੇ ਅਰਦਾਸ ਕਰਨੀ ਸਤਿਗੁਰੂ ਨੇ ਪੂਰਾ ਪਾਤਾ ਮੇਰੀ ਘਰਵਾਲੀ ਨੇ ਸਿੰਘਣੀ ਨੇ ਮੈਨੂੰ ਕਿਡਨੀ ਦਿੱਤੀ ਅਤੇ 14 ਲੱਖ ਰੁਪਇਆ ਉਹ ਸੰਗਤਾਂ ਨੇ ਬਿਠਾ ਕਰਕੇ ਅਰਦਾਸਾਂ ਕਰ ਕਰਕੇ ਆਪਣਾ ਸੇਵਾਦਾਰ ਸਮਝ ਕੇ ਮੈਨੂੰ ਬਚਾ ਲਿਆ ਸੋਏ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਪਿਛਲੇ ਸਾਲ ਵੀ ਮੈਂ ਤੁਹਾਡੇ ਦਰਸ਼ਨ ਕਰ ਸਕਿਆ ਸੀ ਜਦੋਂ ਅਨੰਦਪੁਰ ਸਾਹਿਬ ਸੀ ਉਦੋਂ ਵੀ ਦਰਸ਼ਨ ਕੀਤੇ ਸੀ ਇੱਕ ਵਾਰੀ ਇੱਥੇ ਵੀ ਬੋਲ ਰਿਹਾ ਸੀ ਅੱਜ ਫਿਰ ਸਤਿਗੁਰੂ ਦੀ ਕਿਰਪਾ ਹੋਈ ਯਾਦਾਸ਼ਤ ਵੀ ਘੱਟ ਗਈ ਹੈ ਕਿਉਂਕਿ ਬਿਮਾਰੀ ਬਹੁਤ ਬੁਰੀ ਲੱਗੀ ਸੀ ਤਾਂ ਕਰਕੇ ਮੈਂ ਕਾਗਜ਼ ਦਾ ਵੀ ਸਹਾਰਾ ਕਰਨ ਪਿਆ ਅਤੇ ਦੂਜਾ ਬੋਲਣ ਵਿੱਚ ਵੀ ਬਹੁਤ ਸਮਰੱਥਾ ਸੋ ਜਿੱਦਾਂ ਦੀ ਸੇਵਾ ਜੀ ਕਰ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਕੁਛ ਬੇਨਤੀਆਂ ਕੀਤੀਆਂ ਸੀ ਮੈਂ ਉਹ ਤੁਸੀਂ ਪ੍ਰਵਾਨ ਕਰਕੇ ਬੜੇ ਸਹਿਜ ਦੇ ਨਾਲ ਸਤਿਕਾਰ ਦੇ ਨਾਲ ਤੁਸੀਂ ਸੁਣਿਆ ਹੈ ਬੱਚਿਓ ਇੰਨੀ ਗੱਲ ਯਾਦ ਰੱਖੋਗੇ ਨਾ ਜਿਹੜਾ ਮੈਂ ਜੋੜ ਦਿੱਤਾ ਹੈ ਵੀ ਇੱਕ ਤਾਂ ਕੇਸ ਦੀ ਬੇਅਦਬੀ ਹੋਣੀ ਚਾਹੀਦੀ ਨਾ ਕੌੜਾ ਰੱਖਣਾ ਨਾ ਕੇਸ ਰੱਖਣੇ ਬੱਚਿਓ ਤੁਸੀਂ ਵੀ ਅਤੇ ਨਾ ਕੇਸਾਂ ਦੀ ਬੇਅਦਬੀ ਕਿਸੇ ਵੀ ਆਪ ਮੰਨੋਗੇ ਗੱਲ ਜਿਵੇਂ ਭੋਲ ਸਾਹਿਬ ਦੀ ਧਰਤੀ 'ਤੇ ਬਹਿ ਗਏ ਫਿਰ ਦੋਵੇਂ ਹੱਥ ਖੜੇ ਰੱਖੇ ਨਾ ਜਕਾਰਾ ਛੱਡ ਕੇ ਇਸ ਗੱਲ ਦਾ ਜਵਾਬ ਦਿਓ ਕਾ